वाहेगुरु जी का खालसा वाहेगुरु जी की फतेह। तुसी देख रहे हो संगत टेलीमिक्स का 836 ते मैं हां जगजीत सिंह जीता। जिन्हें भी घर दे विच बैठे इस टाइम जिन्होंने प्रोग्राम देखना असी गल करन जा रहे हैं जेडे कि जदों आपां गल करदे हैं इंग्लैंड तो इंग्लैंड की गल करिए दुनिया भर की गल करिए इंडिया की गल करिए जे गल मैं कह जावां तो पूरे वर्ल्ड की गल करिए जदों सिखां दी ते गल सिखां दी आउंदी है जो सिखां ना पंजाब दे विच हुण तक सन 47 तो लैके हुण तक 2015 तक की होया पर वो कौन दस सकते ने दस वो लोग सकते ने जिहड़े एक तो आप नाल भी रहे होणगे संघर्ष दे विच भी डे टू डे जिन्हां ने कम भी किया होवे ते नाल मैं गल करां 84 दी किहड़ा सिख आ जिहनूं 84 भुल सकदी आ ते अज दी गल करिए कि सिखां नूं आउण वाले समें दे विच किहड़े किहड़े रास्ते जिहड़े अख्तियार करने पैणगे जिन्हां दे कारण असीं जिहड़ा अपना हक जिहड़ा साडा बणदा जिहड़ा हक आ उहदे नूं असीं असानूं मिल सकदा किवें प्राप्त होएगा ते गल्लां बातां इह आपां करनियां जिहड़े करनियां जिन्हां नाल ओह सारे इहनां नूं जाणदे ने जाणी माणी हस्ती HS फूलका जी हरविंदर सिंह फूलका इहनां दा पूरा नाम है इहनां नूं पहलां जीओ आ कहिंदे आ स्टूडियो विच पहुंचे ने ते वाहिगुरू जी का खालसा वाहिगुरू जी की फतेह। फूलका साहब हांजी मेरे वल्लों तुहाडे सारे दर्शकां नूं वाहिगुरू जी का खालसा वाहिगुरू जी की फतेह जी। प्रोग्राम आपां इंटरव्यू शुरू करन तों गल्लबात शुरू करन तों पहलां मैं चाहुंदा कि किवें लग रिहा आप जी कदों आए इंग्लैंड च? मैनूं 2 दिन होया जी इंग्लैंड च आए नूं आया तां मैं किसे परिवार करो जिवें वास्ते सी। अच्छा जी पर जदों हुण इंग्लैंड च आओ तो उस तों बाद फिर संगतां नूं ना मिलो तो यह तां हो नहीं सकदा। और दूसरी गल पहली बारी मैं आया जदों लोक सभा दे इलैक्शन च मैं चोणां लड़ियां जी तो इंग्लैंड दी संगत ने तो बाहर बैठे सारे ही ਪੰਜਾਬੀਆਂ ਨੇ ਬਹੁਤ ਜ਼ਿਆਦਾ ਹਿੱਸਾ ਪਾਇਆ ਬੜੀ ਹਿੰਮਤ ਕੀਤੀ ਔਰ ਉਹਨਾਂ ਸਭ ਦਾ ਧੰਨਵਾਦ ਕਰਨਾ ਵੀ ਮੇਰਾ ਮਕਸਦ ਸੀ ਔਰ ਤੁਹਾਡੇ ਚੈਨਲ ਦੇ ਰਾਹੀਂ ਮੈਂ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਸਪੋਰਟ ਕੀਤੀ। ਫੁਲਕਾ ਸਾਹਿਬ ਇੱਕ ਗੱਲ ਚੈਨਲ ਦੀ ਮੈਂ ਕਹਿ ਦੇਵਾਂ ਜ਼ਰੂਰ ਇਹ ਚੈਨਲ ਨਾਂ ਤਾਂ ਸਾਡਾ ਇਹ ਚੈਨਲ ਆਪਣਾ ਸਾਰਿਆਂ ਦਾ ਜਿੰਨਾ ਸਾਡਾ ਉਨਾ ਤੁਹਾਡਾ ਜਿੰਨਾ ਘਰ 'ਚ ਬੈਠੇ ਉਹਨਾਂ ਦਾ ਵੀ ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਆਪਾਂ ਹੁਣ ਗੱਲਾਂ ਬਾਤਾਂ ਅਸੀਂ ਸਾਥੀਆਂ ਜੀ ਸ਼ੁਰੂ ਕਰਨ ਲੱਗੇ ਹਾਂ ਜਿੰਨੇ ਵੀ ਇਹ ਜਿਹੜਾ ਪ੍ਰੋਗਰਾਮ ਆ ਇਹ ਪ੍ਰੋਗਰਾਮ ਹੋਏਗਾ ਜੋ ਜੋ ਸਿੱਖਾਂ ਦੇ ਨਾਲ ਬੀਤਦਾ ਸਨ 47 ਤੋਂ ਹੁਣ ਤੱਕ ਉਹਨਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਪੋਲੀਟਿਕਸ ਜਿਹੜੀ ਹੈ ਜਿਵੇਂ ਪੋਲੀਟੀਸ਼ੀਅਨ ਸਾਨੂੰ ਹੋਣਾ ਚਾਹੀਦਾ ਕਿ ਨਹੀਂ ਸਿੱਖਾਂ ਨੂੰ ਕਿਸੇ ਤਰ੍ਹਾਂ ਆਪਣੇ ਹੱਕ ਮਿਲਣੇ ਨੇ ਕਿਹੜੇ ਕਿਹੜੇ ਤਰੀਕੇ ਨਾਲ ਅਸੀਂ ਫੁਲਕਾ ਸਾਹਿਬ ਜੀ ਉਹਨਾਂ ਨਾਲ ਗੱਲ ਕਰਾਂਗੇ। ਫੁਲਕਾ ਸਾਹਿਬ ਪਹਿਲਾਂ ਤਾਂ ਮੈਂ ਚਾਹੁੰਦਾ ਕਿ ਆਮ ਜਿਹੜੇ ਆਪ ਜੀ ਦਾ ਤਕਰੀਬਨ ਲੋਕਾਂ ਨੂੰ ਪਤਾ ਹੈਗਾ 84 ਤੋਂ ਲੈ ਕੇ ਲੰਬੇ ਸਮੇਂ ਤੋਂ ਆਪ ਜੀ ਨੇ ਸਿੱਖ ਜਿਹੜੇ ਹਿੱਤਾਂ ਦੀ ਗੱਲ ਕੀਤੀ ਹੈ ਜੋ 84 'ਚ ਹੋਇਆ ਉਹਨਾਂ ਦੇ ਵੀ ਆਪ ਜੀ ਟਾਈਮ ਟੂ ਟਾਈਮ ਫਰੀ ਸੇਵਾ ਕੀਤੀ ਹੈ ਪਰ ਮੇਰਾ ਜਿਹੜਾ ਪਹਿਲਾ ਕੁਐਸਚਨ ਆ ਉਹ ਆਏਗਾ ਹਾਲੇ ਉਹ ਹੈ ਜੀ ਕਦੋਂ ਜਨਮ ਹੋਇਆ ਫੁਲਕਾ ਸਾਹਿਬ ਦਾ ਅਤੇ ਕਿਹੜੇ ਕਿੱਥੇ ਆਪ ਜੀ ਦੀ ਜਿਹੜੇ ਬਿਲੋਂਗ ਤੁਸੀਂ ਕਿਹੜੇ ਏਰੀਏ ਨੂੰ ਕਰਦੇ ਹੋ? ਮੇਰਾ ਪਿੰਡ ਹੈ ਜੀ ਪਦੌੜ। ਅੱਛਾ ਜੀ। ਇਹ ਬਰਨਾਲੇ ਦੇ ਕੋਲੇ ਆ ਜੀ ਔਰ ਇੱਕ ਹਿਸਟੋਰਿਕ ਪਿੰਡ ਹੈ। ਅੱਛਾ ਜੀ। ਔਰ ਬਾਬਾ ਆਲਾ ਦਾ ਜਨਮ ਵੀ ਉੱਥੇ ਹੋਇਆ ਸੀ ਜਿਹਨਾਂ ਨੇ ਪਟਿਆਲਾ ਬੰਨਿਆ। ਅੱਛਾ ਜੀ। ਉਹਨਾਂ ਦਾ ਜਨਮ ਉੱਥੇ ਹੋਇਆ ਸੀ ਔਰ ਜਿਹੜੀ ਸਾਡੀ ਫੈਮਿਲੀ ਹੈ ਉਹ ਫੁਲਕੀਆਂ ਮਿਸਲ ਦੇ ਨਾਲ ਸੰਪਰਕ ਆ ਉੱਥੋਂ ਹੀ ਮੇਰਾ ਨਾਮ ਜਿਹੜਾ ਪਿੰਡ ਫੁਲਕਾ ਲਿਖਦਾ। ਅੱਛਾ ਜੀ। ਹਾਂਜੀ ਉੱਥੋਂ ਹੀ ਹੈ ਅਤੇ ਪਿੰਡ ਬਰਨਾਲੇ ਦੇ ਕੋਲੇ ਪੈਂਦਾ ਪਿੰਡ ਪਦੌੜ। ਪਦੌੜ ਜੀ। ਹਾਂਜੀ। ਸੋ ਜਿਹੜੀ ਮੁੱਢਲੀ ਜਿਹੜੀ ਆਪਾਂ ਗੱਲ ਕਰੇ ਸ਼ਿਕਸ਼ਾ ਦੀ ਜੇ ਗੱਲ ਕਰ ਆਪਾਂ ਕਰਦੇ ਹਾਂ ਬਈ ਜਿਹੜੀ ਪੜ੍ਹਾਈ ਜਿਹੜੀ ਆ ਮੁੱਢਲੀ ਪੜ੍ਹਾਈ ਜਿਹੜੀ ਉੱਥੋਂ ਪਿੰਡ ਪਦੌੜ ਤੋਂ ਕੀਤੀ ਜੀ? ਮੇਰਾ ਸਾਰਾ ਬਚਪਨ ਹੀ ਪਿੰਡ ਪਦੌੜ ਦੇ ਵਿੱਚ ਹੀ ਗੁਜ਼ਰਿਆ ਜੀ ਔਰ ਮੈਂ ਆਪਣੀ ਸਕੂਲਿੰਗ ਸਾਰੀ ਪਦੌੜ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ ਹੈ ਜੀ। ਹਾਂਜੀ। ਅਤੇ ਉਹਦੇ ਤੋਂ ਬਾਅਦ ਫਿਰ ਗ੍ਰੈਜੂਏਸ਼ਨ ਕਿੱਥੇ ਕੀਤੀ? ਗ੍ਰੈਜੂਏਸ਼ਨ ਮੈਂ ਕੀਤੀ ਜੀ ਲੁਧਿਆਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ BSC ਐਗਰੀਕਲਚਰ ਕੀਤੀ ਸੀ ਜੀ ਅਤੇ ਉੱਥੋਂ BSC ਐਗਰੀਕਲਚਰ ਕਰਨ ਤੋਂ ਬਾਅਦ ਫਿਰ ਮੈਂ ਆ ਕੇ ਲਾਅ ਚੰਡੀਗੜ੍ਹ ਤੋਂ ਕੀਤਾ ਜੀ ਔਰ 1981 ਦੇ ਵਿੱਚ ਮੈਂ ਉਹ ਲਾਅ ਪੂਰਾ ਕੀਤਾ ਸੀ ਔਰ ਉਸ ਤੋਂ ਮਗਰੋਂ ਜਾ ਕੇ ਪ੍ਰੈਕਟਿਸ ਦਿੱਲੀ ਕੀਤੀ। ਦਿੱਲੀ ਦੇ ਵਿੱਚ ਹੁਣ ਆਪਾਂ ਪਦੌੜ ਤੋਂ ਲੁਧਿਆਣਾ ਲੁਧਿਆਣੇ ਤੋਂ ਆਪਾਂ ਹੁਣ ਦਿੱਲੀ ਜਿਹੜੀ ਆਪਣਾ ਜਦੋਂ ਕੈਰੀਅਰ ਸ਼ੁਰੂ ਕਰਦੇ ਹੋ ਦਿੱਲੀ ਦੇ ਵਿੱਚ ਕੈਰੀਅਰ ਸ਼ੁਰੂ ਕੀਤਾ 81 ਦੇ ਵਿੱਚ ਅਤੇ ਆਪਾਂ ਜਿਹੜੀ ਗੱਲ ਕਰਦੇ ਹਾਂ ਮੁੜ ਕੇ 81 ਤੋਂ ਬਾਅਦ ਜੋ 84 ਦੇ ਵਿੱਚ ਹੋਇਆ ਮੈਂ ਚਾਹੁੰਦਾ ਕਿ ਆਪ ਜੀ ਦਿੱਲੀ ਦੇ ਵਿੱਚ ਸੀ ਉਸ ਟਾਈਮ ਵੀ ਜਿਹੜੀਆਂ ਸੰਗਤਾਂ ਘਰ 'ਚ ਬੈਠੀਆਂ ਨੇ ਕਈ ਵਾਰ ਸੁਣੀ ਸੁਣਾਈ ਗੱਲ ਅਤੇ ਇੱਕ ਅੱਖੀਂ ਦੇਖਿਆ ਹਾਲ ਜਿਹੜਾ ਮੈਂ ਚਾਹੁੰਦਾ ਕਿ 84 ਜਿਹੜੀ ਆ ਜਿਹੜੀ ਅੱਜ ਤੱਕ ਸਾਨੂੰ ਭੁੱਲ ਨਹੀਂ ਸਕੀ ਅਤੇ ਨਾ ਅਸੀਂ ਭੁੱਲ ਸਕਦੇ ਹਾਂ 84 ਬਾਰੇ ਆਪ ਜੀ ਮੈਂ ਚਾਹੁੰਦਾ ਕਿ ਸੰਗਤਾਂ ਨੂੰ ਜ਼ਰੂਰ ਦੱਸੋ। ਦੇਖੋ ਮੈਂ 81 ਦੇ ਵਿੱਚ ਮੈਂ ਦਿੱਲੀ ਗਿਆ ਸੀ 3 ਸਾਲ ਹੋਏ ਸੀ ਸਾਰਾ ਦਿੱਲੀ ਗਏ ਨੂੰ ਔਰ 1983 ਦੇ ਵਿੱਚ ਮੇਰੀ ਮੈਰਿਜ ਹੋਈ ਔਰ
उत्थे मेरे अपना परिवार ते मेरे सहुरिआं दा परिवार सारे पंजाब विच सी, बड़े एक दो फैमिली सन जिहड़ियां कि दिल्ली च असीं जांदे सी जी। ते 1984 दा जो तुसीं नूं गल कीती है, उस टाइम दा माहौल हालत की सी जी, जो इस टाइम दिखाया जांदा, कई वारी कहा जांदा कि जी इंदिरा गांधी नूं मार दित्ता, जदों लोकां नूं पता लग्गिया कि सिखां ने मारिया, लोकां नूं गुस्सा आ गया, लोकां ने एकदम सिखां नूं मारना शुरू कर दिता, ऐसी बिल्कुल कोई गल नहीं सी जी। मैं तुहानूं उत्थों दा जे तुसीं इह सुनना चाहुंदे आ जरूर जरूर अपने दर्शकां नूं दसना चाहुंदे आ, तां मैं तुहानूं थोड़ा ब्रीफ दे विच ना उत्थों दी हालत दसदा जी। 31 अक्तूबर 1984 दे नूं मैं सवेरे कचहरी विच सी, कोर्ट विच सी जी, और उत्थे खबर मिली जदों मैं पहुंचे 10:30 दी गल आ, खबर मिली कि इंदिरा गांधी नूं गोली मार दित्ती। उदों तक अजे इह नहीं सी पता कि गोली किसने मारी, फिर आया सिंह बे सिंह ने, और फिर यह नहीं सी पता कि भी वह सरदार ने, जाके 11:30 दे करीब जाके ये गल पता चली कि उस सरदार बॉडीगार्ड सी वे जिन्होंने गोली मारी है। उदों ही थोड़ी देर बाद इन्होंने ईवन मीडिया च भी अनाउंस करना, रेडियो च भी अनाउंस करना शुरू कर दिता कि सरदार बॉडीगार्ड ने गोली मारी है, जिहड़ी कि बहुत ही वड्डी गलती सी, मतलब कि बॉडीगार्ड तो बॉडीगार्ड उहदे विच तुसीं एक जो कर रहे हो। अच्छा, वह इन्होंने अनाउंस करना शुरू किया, उस तो मगरों फिर जाके ये दोपहरे जे तकरीबन 1-2 पता चल चुका है कि इंदिरा गांधी मौत हो चुकी है जी। सारा ईवन इतों तक कि जेडे इन्होंने कई न्यूज़पेपर ने अपना एडिशन भी निकाल दिता 1-2, उस भी लिखा से उसकी मौत हो चुकी है, अखबारों के बाहर बोर्ड लगते होंगे उन्होंने दिनों जी, जी, जी। अखबारों के बाहर जी बोर्ड डिस्प्ले से भी लिखा जा चुका है कि खबरों के सूत्रों के अनुसार उसकी मौत हो चुकी है, जदों कि इन्होंने रेडियो अनाउंस थोड़ी देर बाद किया, पर जदों वो 2-3 पता से कि मौत हो चुकी हूँ। मतलब कि मैं उतों तकरीबन मेरे वाइफ उद जॉब करते उस नरैना एरिए जी, मेरे को मोटरसाइकिल सी, मैं उन्होंने दफ्तर चो पिक कर गया, और कोर्ट अजे तक नॉर्मल चल रही थी, अजे ठीक है कोई केस नहीं सी कर रहा, पर कोर्ट खुली सी, केस जज बैठे से, कोर्ट चल रही थी जी। उन्होंी फैक्ट्री जो मैं पहुंचया उ 3:30 के करीब जिते मिसेज काम कर, हाँ जी, उत्थे उन्होंने दफ्तर उन्होंने ऑफिस जो मैं पहुंचया, ऑफिस उन्होंने कहा जी साडा दफ्तर तो 5 बंद होंगे, 5 बंद होगा जी। मतलब कि इतों तक नॉर्मल हालत सीगे सीगे पहला, मैं उत्थे आसे पासे घूमता रहा, तो 5 उन्होंने मैं दफ्तरों लिया, दफ्तर तो लैके मेरा ऑफिस सीगा कनॉट प्लेस जी, कनॉट प्लेस में आया, और मेरे दो दोस्त पंजाब तो आए हुए थे, वो साढ़े को घर ही रह रहे थे। जो मैं अपने ऑफिस पहुंचया तो ऑफिस के मैं उन्होंने कहा कि जी वो आए थे, वो कहते असं पंजाब जा रहे हैं, तो वह घरें गए अपना समान चुके पंजाब जाने वास्ते जी। तो मैं अपनी वाइफ को कहा कि रस्ते में सड़क सेफ नहीं हैं, उन्होंने इतने रहना चाहिए, पंजाब नहीं जाना चाहिए जी। ये सोच के असी तकरीबन 6:30 की गल जी उतों निकले शाम दी शाम जी, कनॉट प्लेस तो निकले, कनॉट प्लेस बिल्कुल शांत, कोई भी गड़बड़ी वाली हालत नहीं सी उस टाइम के उत्ते जाके, और जनपद के उपर असी पहुंचे हाँ, उतों जाके पता चलिया कि सामने मॉब आ रहा सरदारां नूं मार, सरदारां नूं मार, हाँ वह शाम की गल है, यह शाम 6:30 की गल हूँ। तुम आप मुड़ के आ जाओ कि यह हिंसा शुरू किवें हुई जी, मतलब कि आम तौर पर जो कोई दंगे होंगे ना जी, वह कोई कला तो कला बंदा देख के वो उत्ते अटैक होंगे, अटैक होंगे हाँ हाँ, और उतों अटैक तो दंगे शुरू होंगे जी। पर इत्थे जिहड़ा सब तो पहला अटैक होया वह होया देश के राष्ट्रपति से जी, मतलब कि इतों साफ जाहिर होंदा कि यह बड़ी सोची समझी साजिश सी जी, ये लोगों को पता चल गया इंदिरा गांधी मारती, सिखां ने मारती, सिख बॉडीगार्ड ने मारती, उतों ही नहीं सके एकदम लोग उठ गए, उतों नहीं उठे, उतों नहीं उठे हाँ। और ये राष्ट्र ज्ञानी जैल सिंह वो जैमन गए हुए थे, अफ्रीका का कंट्री है जी, उतों वापस आए 4:30 की गल आ, जो उन्होंने पूरा काफिला सी कारां दा वह जा रहा है ऑल इंडिया इंस्टीट्यूट ऑफ मैडिकल साइंस वाले पास, रस्ते सफदरजंग का क्रॉसिंग आता, उस क्रॉसिंग के उपर उन्होंने काफिले से एक छोटी जी 25-30 लोगों के ने आके अटैक किया, मॉब ने अटैक करता, अटैक किया राष्ट्रपति की कार के भी बटे मारे, और उनके पिछे जी कार सी वही उनका सैकटरी सी तरलोचन सिंह, वो कार रोक के वो भी बटे भी मारे। तो उत्थे उन्होंने एक क्वेश्चन मेरा थोड़े नाल होर बनता भी, वह ज्ञानी जैल सिंह राष्ट्रपति दे क्योंकि वह सिख सी, क्योंकि वह सिख सी, यह जिहड़ा गल है क्योंकि वह सिख सी,
इस करके उहदे ते अटैक होया। अच्छा जदों वह गए ऑल इंडिया इंस्टीट्यूट ऑफ मैडिकल साइंस अंदर गए और उस टाइम के उपर उ बड़े लोग उत्थे बाहर इकट्ठे हो खड़े से, कांग्रेस के सपोर्टर सिख भी बड़े सीगे, उन्हां विच कई सिख उत्थे मौजूद सी जी। उस तो बाद सानू उन्हां चों कई लोगों ने अपने एफीडेविट दिते बाद विच, हाँ जो मिश्रा कमिश्न मैं कर रहा सी, उन्होंने अपने एफीडेविट दे विच बयान किया कि असी उत्थे खड़े सी जदों राष्ट्रपति का काफिला आया, उदों पता चलिया कि इन्हां लोगों ने राष्ट्रपति के काफले ते हमला किया, हमला किया, उदों लोग कह रहे थे बड़ा गलत काम कर रहा, बड़ा गलत काम कर रहा, बल्कि ये उत्थे जनरल माहौल गलबात चल रही थी, जनरल माहौल सी जिहड़ा। हाँ हुण जदों पता चलिया कि वह अर्जुन दास कौंसलर सीगा कांग्रेस का, जिहड़ा वह लैके आया सीगा मॉब, जिहड़ा उहदा भरा वह मॉब लैके आया सी, उह अर्जुन दास नूं बाद दे विच मुंडिया ने मार भी दिता सी, उसका भरा सी जिहड़ा ये मॉब लैके आया सी। और जो राष्ट्रपति तक उत्थे पूरी पुलिस फोर्स मौजूद है और कमिश्नर पुलिस मौजूद है, जो राष्ट्रपति अंदर गए उदों यह हमला होया जी, और जो 15-20 मिनट बाद बाहर निकले दूजी बारी फिर उत्थे हमला होया राष्ट्रपति दे कब्जे काफले उत्ते, उन्हां दा जिहड़ा एक स्कॉट दे विच मोटरसाइकिल सी सरदार सी उहदा सिर पगड़ी उतार उतर गई उहदी और उहदे पत्थरां दे नाल उहदा सिर भी फट गया, उहदे पट्टियां बनियां होईयां। मैं अपनी किताब जिहड़ी है मेरी जदों इक दरख्त ने दिल्ली हिलाई उहदे च मैं फोटो दित्ती होई आ जी, राष्ट्रपति दे कार दे शीशे टुटे हुए उहदी फोटो ते नाल जिहड़ा उहनां दा इह स्कॉट वहीकल सी जिहड़ा बॉडीगार्ड सी राष्ट्रपति दे विचों उहदे सिर दे उत्ते पट्टियां बनियां होईयां उह वाल। अच्छा उत्थों इह ऑल इंडिया इंस्टीट्यूट ऑफ मैडिकल साइंस तों इह हिंसा शुरू होई आ जी, इह वायलेंस शुरू हो के उह चारों पासे फिर मॉब गया खिंडिया, उहदे चों ही इक मॉब सी जिहड़ा कि उस पासे नूं आ रहा सी जित्थों मैं लंघ रहा सी। जदों 31 तरीक नूं तुसीं देखो उही उह आसे पासे दी गल आ, हाँ 31 तरीक शाम नूं उही ऑल इंडिया इंस्टीट्यूट दे मेन आसे पासे उत्थे ही अग्गां लगियां उस एरिया दे विच ज़्यादातर होया, जां 31 तरीक नूं रात नूं जाके थोड़ा जिहा होया सी आजादपुर, आजादपुर मंडी हाँ, जां उत्थे होया सी शकरपुर स्कूल ब्लॉक दे विच जी, मतलब कि बहुत थोड़े इंसीडेंट होए रात नूं, हाँ पर 31 तरीक नूं रात नूं फिर इन्हां ने कांग्रसियां ने पूरी प्लानिंग कीती। एच के एल भगत दे घरे मीटिंग हुई, एच के एल भगत तुहाडे दर्शकां नूं मैं दस्सदा एच के एल भगत कांग्रेस का एक बड़ा वड्डा लीडर सी जी, दिल्ली तो MP सी और उस टाइम वह मिनिस्टर सी जी, उदों स्टेट मिनिस्टर सी और जदों दसंबर दे विच नवंबर च स्टेट मिनिस्टर सी, दसंबर च जो इलैक्शन होए इलैक्शन तो मगरों उन्हूं एज ए रिवार्ड उन्हूं प्रमोट करके फुल फ्लैज मिनिस्टर बना दिता गया जी, टाइटल उदों MP सी, टाइटल का नाम जदों आया कि इन्हें एक कतलेआम दे विच हिस्सा लिया जगदीश टाइटल नूं, उन्हूं पहली बारी दसंबर दे विच मंत्री बनाया गया एज ए रिवार्ड जी, मंत्री बनाया गया। और ये जो हालत मैं तुहानूं दस रहा दिल्ली दे विच सी, पहली तरीक नूं रात नूं फिर इन्हां ने रातों राती जगह जगह से जाके मीटिंग्स की, इकत्ती नवंबर रात नूं जगह जगह से जाके मीटिंग्स कीतियां, पूरी प्लैनिंग बनाई और प्लैनिंग बना के और एक रॉड्स उस इंडियन साइज के रॉड ट्रकों के उत्ते भर भर के जाके रॉड बंडिया। मधु किश्वर ने अपना एफीडेविट दिता, जर्नलिस्ट है बड़ी तकड़ी, उसने कहा मैं खुद देखिया ट्रक आके रॉड बंडते हो ट्रक तो, हुण उह जिहड़ियां रॉड सानू जिहड़ियां लोहे दियां उह महंगी बड़ियां जी, उह किवें कित्थों आईआं, कौन साइज किवें आईआं, की होया, हां फिर इन्हां ने एक पाउडर बंडिया जी, जिहड़ा बड़ा हाईली इनफ्लेमेबल पाउडर सी, वह पाउडर नूं जदों आए सुट्टदे सी वह अग लग जाती सी, जदों हवा ऑक्सीजन दे नाल आंदा सी ना एक्सपोज होंदा सी ते उहनूं अग लग जाती, वह पाउडर नूं वरतण दे वास्ते बंदा एक्सपर्ट चाहीदा सी जी, जिहड़ा बंदा एक्सपर्ट नहीं है वह तां अपने हाथ च जला लूगा, ਉਹ ਐਕਸਪਰਟ ਵੀ ਨਾਲ ਆਏ, ਇਹਦਾ ਮਤਲਬ ਐਕਸਪਰਟ ਜਿਹੜੇ ਉਹ ਨਾਲ ਲੈ ਕੇ ਆਏ, ਉਹ ਰਾਤੋਂ ਰਾਤ ਉਹ ਵੀ ਪਹੁੰਚੇ, ਪਰ ਪਲਾਨ ਕੀਤਾ, ਰਾਤੋਂ ਰਾਤ ਪੂਰੀ ਗੱਲ ਪਲਾਨ ਹੋਈ ਔਰ ਰਾਤੋਂ ਰਾਤ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਉਹ ਵੀ ਕੱਢੀਆਂ ਗਈਆਂ, ਸਾਰੀਆਂ ਜਗ੍ਹਾ ਦੇ ਉੱਤੇ ਮੌਬਸ ਨੂੰ ਵੰਡ ਕੇ ਦਿੱਤੀਆਂ ਗਈਆਂ ਔਰ ਉਹ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਲਿਸਟਾਂ ਕਿੱਥੋਂ ਆਈਆਂ, ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਦੇ ਵੋਟਰ ਲਿਸਟਾਂ ਜਿਹੜੀਆਂ ਸੀਗੀਆਂ ਉਹ ਜਾ ਕੇ ਇਹਨਾਂ ਨੇ ਵੰਡੀਆਂ। ਮੈਂ ਇੱਥੇ ਫੁਲਕਾ ਸਾਹਿਬ ਇਹਨਾਂ ਨੇ ਵੰਡੀਆਂ। ਹੁਣ ਇੱਕ ਪਾਸੇ ਆਪਾਂ ਗੱਲ ਕਰਦੇ ਹਾਂ ਵੀ ਦਿੱਲੀ 'ਚ ਦੰਗੇ ਕੀਤੇ ਉਹਨਾਂ ਨੇ, ਪ੍ਰਧਾਨ ਮੰਤਰੀ ਤੋਂ ਬਾਅਦ ਰਾਸ਼ਟਰਪਤੀ 'ਤੇ ਅਟੈਕ ਕੀਤਾ ਗਿਆ ਰਾਤ ਨੂੰ, ਜਿਵੇਂ ਕਿ ਆਪ ਜੀ ਦੱਸਦੇ ਹਾਂ ਕਿ ਥੋੜ੍ਹੇ ਜਿਹੜੇ ਅਟੈਕ ਹੋਏ, ਪਰ ਜੇ ਹੁਣ ਨਾਲ ਦੂਜੇ ਪਾਸੇ ਆਪਾਂ ਗੱਲ ਇਸ ਦਾ ਕਿੱਥੋਂ ਇੱਕ ਗੁਰਦੁਆਰਾ ਸਾਹਿਬ ਦੀ ਕਮੇਟੀ ਉੱਥੇ ਰਜਿਸਟਰਾਂ 'ਚੋਂ ਵੋਟਰਾਂ ਦੇ ਉੱਥੇ ਰਜਿਸਟਰਾਂ ਨੇ, ਇਹ ਸਰਕਾਰੀ ਸਰਕਾਰੀਆਂ 'ਚੋਂ ਨਿਕਲਿਆ, ਸਰਕਾਰੀ 'ਚੋਂ, ਹਾਂ ਹਾਂ
ਇਹ ਇਲੈਕਸ਼ਨ ਜਿਹੜੇ ਕਰਦੀ ਹੈ ਸਰਕਾਰ ਕਰਦੀ ਹੈ ਸਰਕਾਰ ਕਰਦੀ ਹੈ ਇਹ ਲਿਸਟਾਂ ਜਿਹੜੀਆਂ ਹਨ ਸਰਕਾਰ ਦੇ ਕੋਲੇ ਸੀ ਅੱਛਾ ਸਰਕਾਰ ਦੇ ਕੋਲੋਂ ਸਰਕਾਰ ਦੇ ਕੋਲ ਸੀ ਉੱਥੋਂ ਨਿਕਲੀਆਂ ਗੁਰਦੁਆਰਾ ਦੇ ਜਿਵੇਂ ਜਿਸੇ ਜਿਸੇ ਸਿੱਖ ਰਹਿੰਦੇ ਸੀ ਜਿੱਥੇ ਉਹ ਕਿਉਂਕਿ ਸਰਕਾਰ ਦੇ ਕੋਲੇ ਸੀਗੀਆਂ ਇਹ ਲੀਡਰ ਸੀਗੇ ਸਰਕਾਰ ਖੁਦ ਕਰਾ ਰਹੀ ਸੀ ਉਹ ਲਿਸਟਾਂ ਲੋਕਾਂ ਨੂੰ ਦੇ ਕੇ ਵੰਡੀਆਂ ਗਈਆਂ ਔਰ ਪਹਿਲੀ ਤਰੀਕ ਨੂੰ ਸਵੇਰੇ ਕਿਹਾ ਗਿਆ ਸਭ ਤੋਂ ਪਹਿਲਾਂ ਹਮਲਾ ਗੁਰਦੁਆਰੇ 'ਚ ਕਰੋ ਸਭ ਤੋਂ ਪਹਿਲਾਂ ਗੁਰਦੁਆਰਾ ਜਲਾਓ ਕਿਹੜੇ ਗੁਰਦੁਆਰਾ ਸਾਹਿਬ ਤੇ ਜੀ ਸਾਰਿਆਂ ਤੇ ਸਾਰਿਆਂ ਤੇ ਸਾਰਿਆਂ ਦੇ ਇਲਾਕੇ ਵਿੱਚ ਕਿਉਂਕਿ ਨਹੀਂ ਤਾਂ ਇਹਨਾਂ ਨੇ ਗੁਰਦੁਆਰੇ ਜਾ ਕੇ ਇਕੱਠੇ ਹੋ ਜਾਣਾ ਔਰ ਗੁਰਦੁਆਰੇ 'ਚ ਇਕੱਠੇ ਹੋ ਗਏ ਤਾਂ ਤੁਸੀਂ ਇਹਦਾ ਮੁਕਾਬਲਾ ਇਹਨਾਂ ਨੇ ਡੱਟ ਕੇ ਤੁਹਾਡਾ ਮੁਕਾਬਲਾ ਕਰਨਾ ਔਰ ਜੇਕਰ ਇਹਨਾਂ ਨੇ ਸਰਕਾਰੀ ਅੰਕੜੇ ਮੁਤਾਬਕ 3000 ਮਾਰੇ ਆ ਨਾ ਤਾਂ 3000 ਜਿਹੜੇ ਮਰੇ ਸੀ ਤੇ ਉਹਨਾਂ ਨੇ ਅਗਲੇ ਕਮ ਸੇ ਕਮ 10-15000 ਛੱਡਨੇ ਮਤਲਬ ਇਹ ਤਾਂ ਧੋਖੇ ਨਾਲ ਮਰੇ ਆ ਪੂਰੇ ਧੋਖੇ ਨਾਲ ਹਾਂਜੀ ਔਰ ਇਹ ਅਗਲੇ ਦਿਨ ਸਭ ਤੋਂ ਪਹਿਲਾਂ ਜਿਹੜੇ ਸਿੱਖ ਗੁਰਦੁਆਰਾਂ 'ਚ ਇਕੱਠੇ ਹੋਏ ਪੁਲਿਸ ਗਈ ਕਿ ਅਸੀਂ ਹੈਗੇ ਹਾਂ ਅਸੀਂ ਤੁਹਾਨੂੰ ਬਚਾਵਾਂਗੇ ਤੁਸੀਂ ਆਪਣੇ ਆਪਣੇ ਘਰਾਂ 'ਚ ਆਓ ਸਭ ਤੋਂ ਪਹਿਲਾਂ ਇਹਨੇ ਗੁਰਦੁਆਰਾ ਚਲਾ ਤਾ ਵੀ ਤਾਂ ਕਿ ਇਕੱਠੇ ਨਾ ਹੋਣ ਜਿੱਥੇ ਜਿੱਥੇ ਸਿੱਖਾਂ ਨੇ ਆਪਣੀਆਂ ਕਿਰਪਾਨਾਂ ਕੱਢੀਆਂ ਜਾਂ ਹੋਰ ਹਥਿਆਰ ਕੱਢੇ ਬੰਦੂਕਾਂ ਕੱਢੀਆਂ ਉੱਥੇ ਉੱਥੇ ਜਾ ਕੇ ਪੁਲਿਸ ਗਈ ਅਸੀਂ ਤੁਹਾਨੂੰ ਬਚਾਵਾਂਗੇ ਤੁਸੀਂ ਹਥਿਆਰ ਦੇ ਤੁਸੀਂ ਹਥਿਆਰ ਉਹ ਵੀ ਲੈ ਲੈ ਹਥਿਆਰ ਲੈਣੇ ਉਸ ਤੋਂ ਬਾਅਦ ਜਾ ਕੇ ਮੌਬ ਦੇ ਕੋਲੋਂ ਤੋਂ ਅਟੈਕ ਕਰਾ ਕੇ ਕਰਾਇਆ ਇਹ ਧੋਖੇ ਨਾਲ ਛੜਿਆ ਮਾਰਿਆ ਗਿਆ ਜੇ ਸਿੱਖਾਂ ਨੂੰ ਪਤਾ ਹੁੰਦਾ ਸਾਡੇ ਨਾਲ ਇਹ ਹਾਲ ਹੋਣਾ ਤਾਂ ਕਮ ਸੇ ਕਮ ਲੜਕੇ ਮਰਦੇ ਆਏ ਬੈਠੇ ਨਾ ਮਰਦੇ ਗਲਾਂ 'ਚ ਟਾਇਰ ਪਾ ਕੇ ਤੇਲ ਪਾ ਕੇ ਜਿੰਦਿਆਂ ਨੂੰ ਨਾ ਛੜਿਆ ਜਾਂਦਾ ਸੋ ਜੇ ਸਿੱਖਾਂ ਜਿਵੇਂ ਹੁਣ ਗੱਲ ਕੀਤੀ ਹੈ ਮੈਂ ਉਦੋਂ ਫਿਰ ਦਿੱਲੀ ਵਿੱਚ ਹੀ ਸੀ ਹਾਂਜੀ 31 ਤਰੀਕ ਨੂੰ ਰਾਤ ਨੂੰ ਮੈਂ ਬੜੀ ਮੁਸ਼ਕਿਲ ਨਾਲ ਬਚ ਕੇ ਆਪਣੇ ਘਰੇ ਪਹੁੰਚਿਆ ਇੱਥੇ ਦਿੱਲੀ ਪਹੁੰਚੇ ਜੀ ਹਾਂ ਸਾਊਥ ਸਟੇਸ਼ਨ ਕਰ ਸੀ ਮੇਰਾ ਔਰ ਉਸ ਟਾਈਮ ਉਹ ਏਮਸ ਦੇ ਨੇੜੇ ਆ ਜੀ ਉੱਥੇ ਹੀ ਉਹ ਮੌਬ ਉਸੇ ਏਰੀਆ ਦੇ ਵਿੱਚ ਉਸ ਟਾਈਮ ਅੱਗਾ ਲਗਾ ਰਿਹਾ ਸੀ ਜੀ ਤੇ 1 ਨਵੰਬਰ ਨੂੰ ਸਾਰਾ ਦਿਨ ਇਹ ਗੱਲਾਂ ਆਉਂਦੀਆਂ ਰਹੀਆਂ ਕਿ ਵੀ ਇੱਥੇ ਅਟੈਕ ਹੋ ਗਿਆ ਇੱਥੇ ਅਟੈਕ ਹੋ ਗਿਆ ਉਹ ਟੈਲੀਫੋਨ ਮੈਂ ਜਿੱਥੇ ਵੀ ਕਰਾਂ ਮੇਰੇ ਉੱਥੇ ਅੰਕਲ ਨੇ ਗਰਾਊਂਡ ਪਲੇਸ ਦੇ ਇਲਾਕੇ 'ਚ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਸਾਡੇ ਵੀ ਅਟੈਕ ਜਿਹਨੂੰ ਫੋਨ ਕਰੋ ਹਰ ਇੱਕ ਕਹੇ ਸਾਡੇ ਵੀ ਅਟੈਕ ਸਾਰੇ ਕਹਿੰਦੇ ਘਰੇ ਹੀ ਬੈਠੇ ਰਹੋ ਵੜੇ ਰਹੋ ਕਿਤੇ ਬਾਹਰ ਨਾ ਨਿਕਲੋ ਨਹੀਂ ਤਾਂ ਤੁਸੀਂ ਸੇਫ ਨਹੀਂ ਅੱਛਾ ਫੁਲਕਾ ਸਾਹਿਬ ਜਿਹੜੀ ਤੁਸੀਂ ਆਪ ਖੁਦ ਉੱਥੇ ਸਮਾਂ ਇਹ ਸਾਰੀ ਜੋ ਅੱਖੀਂ ਦੇਖਿਆ ਸਾਰਾ ਕੁਛ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਹਾਂਜੀ 2 ਨਵੰਬਰ ਨੂੰ ਸਾਡੇ ਘਰ ਦੇ ਉੱਤੇ ਅਟੈਕ ਹੋਇਆ ਆਪ ਜੀ ਦੇ ਘਰ ਤੇ ਉਹੀ ਮੇਰਾ ਕੁਐਸਚਨ ਤਾਂ ਮੈਂ ਇਹੀ ਲੱਗਿਆ ਲੱਗਣ ਲੱਗਾ ਹਾਂਜੀ 2 ਨਵੰਬਰ ਨੂੰ ਮੇਰੇ ਮੈਂ ਸੀ ਕਿਰਾਏ ਤੇ ਜੀ ਮੇਰੇ ਘਰ ਦੇ ਨਾਲ ਦਾ ਜਿਹੜਾ ਘਰ ਸੀਗਾ ਉਹ ਇੱਕ ਸਿੱਖ ਟਰਾਂਸਪੋਰਟਰਾਂ ਨੇ ਨਵਾਂ ਬਣਾਇਆ ਸੀ ਜੀ ਬੜਾ ਵਧੀਆ ਘਰ ਬਣਾਇਆ ਸੀ ਉਹਨਾਂ ਦੇ ਘਰ ਨੂੰ ਅੱਗ ਲਗਾਈ ਉਹਨਾਂ ਦੇ ਘਰ ਨੂੰ ਅੱਗ ਲਗਾਈ ਨਾਲ ਦੀ ਨਾਲ ਜਿਹੜਾ ਸਾਡੇ ਦੁੱਧ ਦਿੰਦਾ ਸੀ ਉਹਨੂੰ ਪਤਾ ਸੀ ਇੱਥੇ ਸਰਦਾਰ ਰਹਿੰਦੇ ਆ ਉਹਨੇ ਵੀ ਦੱਸਿਆ ਉਹਨੇ ਦੱਸਤਾ ਕਿ ਇੱਥੇ ਵੀ ਸਰਦਾਰ ਰਹਿੰਦੇ ਉਹਨੇ ਸਾਡੇ ਵੀ ਹਮਲਾ ਕਰਤਾ ਪਰ ਜਦੋਂ ਉਹਨਾਂ ਨੇ ਨਾਲ ਦੇ ਅੱਗ ਲਗਾਈ ਤਾਂ ਜਿਹੜੇ ਸਾਡੇ ਲੈਂਡਲੋਰਡ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਸੈਕਿੰਡ ਫਲੋਰ ਤੇ ਚਲ ਜਾਓ ਅਸੀਂ ਫਸਟ ਫਲੋਰ ਤੇ ਰਹਿੰਦੇ ਸੀ ਸੈਕਿੰਡ ਫਲੋਰ ਦੇ ਉੱਤੇ ਨਾਲ ਚਲ ਜਾ ਕੇ ਉਹਦੀ ਲੈਂਡਲੋਰਡ ਦੀ ਨੂੰਹ ਨੇ ਜਿਹੜੀ ਪਰਛੱਤੀ ਹੁੰਦੀ ਆ ਨਾ ਲੋਫਟ ਲਫਟਾਂ ਜੀ ਹਾਂ ਉਹ ਸਾਨੂੰ ਉੱਪਰ 5-6 ਫੁੱਟ ਉੱਚੀ ਉੱਚੀ ਸੀ ਉਹਦੇ ਵਿੱਚ ਅੰਦਰ ਵਾੜ ਕੇ ਅੱਗੇ ਰਜਾਈਆਂ ਰਜੂਈਆਂ ਰੱਖ ਕੇ ਅੱਗੇ ਜਿੰਦਾ ਲਗਾਤਾ ਬਾਹਰ ਲੈਂਡਲੋਰਡ ਹਿੰਦੂ ਸੀ ਲੈਂਡਲੋਰਡ ਹਿੰਦੂ ਸੀ ਔਰ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਜਿਹੜਾ ਹੁਣ ਇੱਥੇ ਆਮ ਤੌਰ ਦੇ ਉੱਤੇ ਜਿਹੜਾ ਹਿੰਦਾ ਨਾ ਔਰ ਉਹ ਬੀਜੇਪੀ ਦੇ ਪੱਕੇ ਸਪੋਰਟਰ ਸੀ ਔਰ ਇਹ ਉੱਥੇ ਕਾਂਗਰਸ ਵਾਲੇ ਮਾਰਨ ਵਾਲੇ ਸੀ ਜਿਹੜੇ ਕ੍ਰਿਮੀਨਲ ਮਾਈਂਡਡ ਲੋਕ ਸੀ ਉਹ ਸਾਰੇ ਨਾਲ ਲੱਗੇ ਸੀ ਬਜਰੰਗ ਦਲ ਵਾਲੇ ਵਰਗੇ ਲੋਕ ਨਾਲ ਲੱਗੇ ਸੀ ਪਰ ਜਿਹੜੇ ਦੂਜੇ ਬੰਦੇ ਸੀ ਨਾ ਜਿਹੜੇ ਕਾਂਗਰਸ ਦੇ ਨਹੀਂ ਸਨ ਜਾਂ ਕਾਂਗਰਸ ਦੇ ਉਲਟ ਸਨ ਕਈ ਬੀਜੇਪੀ ਦੇ ਸਪੋਰਟਰ ਸਨ ਉਹ ਬਚਾਉਣ ਤੇ ਲੱਗੇ ਹੋਏ ਸੀ ਮਦਨ ਲਾਲ ਖਾਣਾ ਵਰਗੇ ਭੱਜੇ ਫਿਰਦੇ ਰਹੇ ਜਗ੍ਹਾ ਜਗ੍ਹਾ ਤੇ ਹਰ ਜਗ੍ਹਾ ਤੇ ਜਾ ਜਾ ਕੇ ਅੱਛਾ ਉਹਨਾਂ ਨੇ ਉੱਥੇ ਵਾੜਿਆ ਮੌਬ ਉੱਪਰ ਆ ਗਿਆ ਉੱਪਰ ਆ ਕੇ ਉਹ ਲੈਂਡਲੋਰਡ ਦਾ ਜਿਹੜਾ ਮੁੰਡਾ ਸੀ ਉਹਨੇ ਦਾੜੀ ਰੱਖੀ ਸੀ ਉਹਨੂੰ ਫੜ ਲਿਆ ਉਹਨੂੰ ਫੜ ਕੇ ਕੁੱਟਣ ਲੱਗ ਗਏ ਉਹ ਲੈਂਡਲੇਡ ਨੇ ਕਹੇ ਤਾਂ ਮੇਰਾ ਮੁੰਡਾ ਆਂਡੀਆਂ ਗੋਡੇ ਨੇ ਕਹੇ ਤੇ ਦਾ ਮੁੰਡਾ ਤਾਂ ਉਹਨੂੰ ਬਚਿਆ ਨਹੀਂ ਤਾਂ ਉਹ ਵੀ ਮਾਰ ਦੇਣਾ ਸੀ ਨਹੀਂ ਤਾਂ ਉੱਥੇ ਤੇ ਮਤਲਬ ਕਿ ਹੁਣ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਅਗਰ ਮੈਂ ਉਹਨਾਂ ਦੇ ਹੱਥਾਂ ਜਾਂਦਾ ਤਾਂ ਕੀ ਹਾਲ ਕਰਦੇ ਹਾਂ ਉਧਰੋਂ ਨਾ ਉੱਥੇ ਨਾਲ ਦੀ ਜਿਹੜਾ ਸਰਦਾਰਾਂ ਦਾ ਘਰ ਜਲਾਇਆ ਉਹਦੇ ਨਾਲ ਇੱਕ ਗਾਰਮੈਂਟ ਦੀ ਫੈਕਟਰੀ ਸੀ ਉਹਨੇ ਕਿਹਾ ਕਿ ਤਾਂ ਮੇਰੀ ਫੈਕਟਰੀ ਜੇ ਘਰ ਨੂੰ ਅੱਗ ਲੱਗ ਗਈ ਮੇਰੀ ਫੈਕਟਰੀ ਵੀ ਗਈ ਉਹ ਜਾ ਕੇ ਮੇਨ ਰੋਡ ਤੇ ਗਿਆ ਉੱਥੇ ਆਰਮੀ ਦਾ ਟਰੱਕ ਜਾ ਰਿਹਾ ਸੀ ਆਰਮੀ ਨੂੰ ਬੁਲਾ ਲਿਆ ਉਹ ਆਰਮੀ ਨੂੰ ਜੋ ਬੁਲਾ ਕੇ ਲਿਆਇਆ ਤੇ ਉਹ ਨਾਲ ਦੇ ਜਿਹੜੇ ਘਰ ਵਾਲੇ ਸੀ ਨਾ ਸਰਦਾਰ ਜੀ ਉਹ ਵੀ ਸਾਡੇ ਲੈਂਡਲੋਰਡ ਦੇ ਘਰੇ ਆ ਗਏ ਸੀ ਬਚਾਉਣ ਆਪਣੀ ਜਾਨ ਬਚਾਉਣ ਉਹ ਵੀ ਹਾਂ ਉਹ ਲੈਂਡਲੋਰਡ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਵੀ ਉਹਨੇ ਪਿਛਲੇ ਕਮਰੇ 'ਚ ਲੁਕੋ ਕੇ ਰੱਖਿਆ ਹੋਇਆ ਸੀ ਹਾਂਜੀ ਤੇ ਜਦੋਂ ਆਰਮੀ ਦਾ ਟਰੱਕ ਆਇਆ ਤਾਂ ਉਹਨਾਂ ਨੇ ਸਾਨੂੰ ਉਹਨਾਂ ਨੂੰ ਵੀ ਕੱਢਿਆ ਤੇ ਨਾਲ ਸਾਨੂੰ ਵੀ ਕੱਢਿਆ ਉਹ ਪਹਿਲਾਂ ਟਰੱਕ ਜਦੋਂ ਉੱਥੋਂ ਜਾਣ ਲੱਗਾ ਤੇ ਉਹ ਉਹਨਾਂ ਦੀ ਨੂੰਹ ਆਈ ਕਹਿੰਦੀ ਕਿ ਆਪ ਵੀ ਭੱਗ ਜਾਓ ਜਲਦੀ ਨਿਕਲ ਜਾਓ ਨੇ ਯਹਾਂ ਪੇ ਖਤਰਾ ਤੇ ਮਤਲਬ ਕਿ ਉਦੋਂ ਮੇਰੀ ਵਾਈਫ ਪ੍ਰੈਗਨੈਂਟ ਸੀ ਐਡਵਾਂਸ ਸਟੇਜ ਤੇ ਪ੍ਰੈਗਨੈਂਸੀ ਸੀ ਮਤਲਬ ਕਿ ਇਹ ਹਾਲਤ ਦੇ ਵਿੱਚ ਜਦੋਂ ਉੱਥੇ ਅਸੀਂ ਆਰਮੀ ਦਾ ਟਰੱਕ ਚੱਲ ਪਿਆ ਔਰ ਅਸੀਂ ਪਿੱਛੇ ਭੱਜੇ ਟਰੱਕ ਦੇ ਮਗਰ ਔਰ ਟਰੱਕ ਜਾਨ ਬਚਾਉਣ ਲਈ ਹਾਂ ਔਰ ਟਰੱਕ ਦੇ ਵਿੱਚ ਮਤਲਬ ਕਿ ਉਦੋਂ ਦਾ ਹੁਣ ਤੱਕ ਦਾ ਇੱਕ ਇੱਕ ਚੀਜ਼ ਉਹ ਜਿਹੜੀ ਜਿਹੜੇ ਉਹ ਹੁਣ ਤੱਕ ਦੇ ਜ਼ਿਆਦਾ ਨੇ ਉਹ ਚੀਜ਼ਾਂ ਔਰ ਉਸ ਤੋਂ ਮਗਰੋਂ
मेरा एक दोस्त इंडियन एयरलाइन च पायलट सी दविंदर सिंह गैरे पटियाले तो आओ जी, जी। वह मैनू अपने घरे लै गया जी और उन्होंने अपने घरे और दविंदर गैरे ने रात को वो बड़ा लंबा चौड़ा उच्चा और रात को ना अपना ओवरकोट पाके ते बड़ी बड़ी डांग लैके बाहर निकल गया कहिंदा मैं देखदा मेरे इलाके च किहड़ा किसे घर नू चलांदा और सारे अपने इलाके दे चोणे रात को पूरी पूरी पट्रोलिंग की एक दो घर में मौत भरिया हुआ सी वो डांग लै लैके कल नहीं उन्होंने मतलब के उन्होंने बाहर कड़ता मतलब के इतों तक जेकर कोई चाहता तो कर सकता से हाँ जी एक जगह के उत्ते मौत थोड़ा जहा बड़ा सी एक आर्मी की जीप आई उन्हें जीप में रुकया जीप में कैप्टन कहा कि गोली चला वो कैप्टन कहता ऑर्डर नहीं कहता 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 तू कह रहा ऑर्डर नहीं तू फौजी कह के ऑर्डर नहीं कहता इन्हों ऑर्डर इन्हों परमिशन तेन परमिशन नहीं कायदा फौजी हुआ तू उन्हें एक गोली हवा चलाई सारा मौत पच गया सारा मौत पच गया फुलका साहब जे ये चाहते सरकार चाहती तो बड़े बिल्कुल सरकार ने खुद करवाया बड़े आराम रुक सकता सी और जेकर मतलब के ये जेकर असी 3000 सरकारी अंकड़े ना ती भी नहीं सी होने ती भी नहीं होने एक सरकारी अंकड़े जेडे मेरा कई बार क्वेश्चन जरूर आम संगतां बाहर लोग जेडे बैठे ने क्योंकि असी भी उदों छोटे सी जेडे ये सरकारी अंकड़े ने ये सरकारी अंकड़े के अदे आपां भी कोशिश की थी बे पूरी हां असी लिस्ट बनाई ट्रुथ बार बनाई जदों मैं मिश्रा कमिश्न का कर रहे थे असी अपनी लिस्ट बनाई सी और साडी लिस्ट 3870 दी लिस्ट सी साडी अपने वो भी पूरी सी असी तकरीबन 4000 दी फिगर दिल्ली च लेके चल 4000 दी फिगर हां और ऑल इंडिया दी फिगर 7000 दे करीब है नवंबर दी मैं गल कर रहा नवंबर 84 दी ठीक है जी कत्ती हुण फुलका साहब आप थोड़ा जिहा अगे चलीए बई ये 84 नूं 31 साल हो गए 31 साल हो गए ते 31 सालां दा आप जी कोर्टां च केस लड़े जिहड़े दूजे पासे जिहड़े बंदयां ने दंगा फैलाया वो एम पीआं दीआं कुर्सियां ते सरकार दे बंदे खुद हले तक उन्हां बंदयां नूं आपां ओह शरेआम खुले फिरदे ने जिहड़ा साडे लई खास करके सिखां लई इक बहुत वड्डा सवालिया निशान आ साडे ते आ जांदा कि जिहड़ी ओह सरकार आपां इंडिया दी सरकार दी अपने देश दी गल करदे आ जदों ते ओह हले तक भी बाहर घूमदे ने ते जिन्हां ते दंगे होए जिन्हां दुख सहे जिन्हां दीआं गलां च टायर पाए गए घर बर्बाद किए बिजनेस बर्बाद किए ओवरऑल सारा उन्हां दा मतलब कि सवालिया मतलब कि सवालिया निशान मिटाउण वाली गल कीती उन्होंने वह हले तक बेचारियां नूं इंसाफ नहीं मिल सकिया सो आप जी ने बड़ी लंबी लड़ाई लड़ी है मैं चाहुंदा कि थोड़े जे समय दे विच ये संगतां नूं आपां दस्सिया जावे बई अपनी जिहड़ी हुण दी स्टेज आ 84 दे पीड़तां दी कित्थे गा मैं पहले तुहानूं थोड़ा जिहा गल दस्सदा जी ये जिहड़ी लड़ाई लड़ी है मैं भी लड़ी है ना जी ये ह्यूमन राइट ग्रुप सी उन्हां दे नाल मिल के लड़ी है जी उत्थे जस्टिस तारकुंडे हुंदे सी जिन्हों के फादर ऑफ ह्यूमन राइट्स ऑफ इंडिया तुसीं आपां कह सकदे हां क्योंकि उन्हां ने ही ह्यूमन राइट मेनली उत्थे इंडिया दे विच ऑर्गेनाइजेशन स्टैबलिश की और ह्यूमन राइट्स उत्ते बहुत काम किया जदों ऑपरेशन ब्लू स्टार दे दरबार साहब नूं ढाया जी उदों जदों ये आर्मी एक क्लेम कर रही सी गवर्नमेंट एक क्लेम कर रही सी उत्थे तां जी सिर्फ उग्रवादी सी उन्हां नूं मारिया गोलियां चला रहे सी तां मारिया उदों जाके उन्होंने अपनी उत्थे जाके रिपोर्ट तैयार की और वह रिपोर्ट तैयार करके उहदे च एक पोस्टमार्टम रिपोर्ट लगाई जिहदे च डॉक्टर ने कहा कि जदों पोस्टमार्टम दे वास्ते बॉडी मेरे टेबल ते लैंदी गई उहदे हत्थ पिछे बन्ने होए सी और गोलियां मार के उहदी मौत होई सी मतलब के हत्थ बन्नण तों बाद गोलियां मारियां गईयां इदों वड्डा सबूत कोई नहीं सकदा और वह रिपोर्ट जिहड़ी जदों उन्होंने बनाई तैयार करके उन्होंने जो रिपोर्ट पबलिश करनी सी इह गल अक्तूबर की नहीं सितंबर की गल अगस्त सितंबर की गल जो रिपोर्ट उन्होंने रिलीज करनी सी रातों रात इन्हें रिपोर्ट बैन करती छापा मार लिया अरेस्ट कर लिया एन डी पंचोली नू जे जिन्हें वो रिपोर्ट लिखी सी नाल तेजिंदर ओहजा उन्हें अरेस्ट कर लिया एमिया राव ओल्ड लेडी 80-85 साल की उन्हें अरेस्ट करने लिए पुलिस घरे पहुंच गई मतलब यह हाँ हूँ उदू बाद इन्ह लोगों के नाल ना मेरा वाह उदों तो शुरू हो गया 84 उस टाइम से पहले ही थोड़ा थोड़ा मोटा अपने जो मदद कर सकते सी थोड़ी मोटी इनकी करती सी क्योंकि वो तो बड़े 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 टॉप के वकील से बड़े एमीनेंट बंदे से हुणे जदों ये नवंबर का कतलेआम जदों होया नवंबर के कतलेआम तो बाद फिर जदों सरकार पूरा पोचा फिर रही सी कि कोई खास नहीं होया कोई खास इत्थे ज़्यादा नहीं होया उदों फिर इन्होंने रिपोर्ट लिखी
ਸਭ ਤੋਂ ਪਹਿਲਾਂ ਰਿਪੋਰਟ ਆਈ ਇਹ PGCIL PGDR ਦੀ ਜੀ ਹੂ ਆਰ ਦਾ ਗਿਲਟੀ ਜਿਹਨੂੰ ਅਸੀਂ ਉਹ ਬਲੈਕ ਬੁੱਕ ਵੀ ਬੋਲਦੇ ਹਾਂ ਜੀ ਹੂ ਆਰ ਦਾ ਗਿਲਟੀ ਉਹਦੇ ਵਿੱਚ ਉਹਨਾਂ ਨੇ ਸਾਰਾ ਦੱਸਿਆ ਕਿ ਕਿਵੇਂ ਕਿਵੇਂ ਕਾਂਗਰਸ ਵਾਲਿਆਂ ਨੇ ਕਰਾਇਆ ਕਾਂਗਰਸ MP ਨੇ ਕਰਾਇਆ ਉਹ ਸਾਰੀ ਰਿਪੋਰਟ ਆਈ ਉਹ ਨਵੰਬਰ ਦੇ ਤੀਜੇ ਹਫ਼ਤੇ ਵਿੱਚ ਹੀ ਆ ਗਈ ਸੀ ਉਸ ਤੋਂ ਮਗਰੋਂ ਜਸਟਿਸ ਤਾਰਕੁੰਡੇ ਦੀ ਰਿਪੋਰਟ ਅਤੇ ਫਿਰ ਜਸਟਿਸ ਸਿੱਕਰੀ ਦੀ ਰਿਪੋਰਟ ਉਹ ਰਿਪੋਰਟ ਵੀ ਆਈਆਂ ਫਿਰ ਇਹ ਪੂਰਾ ਇਹ ਗਰੁੱਪ ਫਿਰ ਬਣ ਗਿਆ ਸੀ ਜੀ ਇਹ ਹਿਊਮਨ ਰਾਈਟਸ ਦਾ ਜੀ ਇਹ ਸਾਰਿਆਂ ਨੇ ਮਤਲਬ ਕਿ ਇਹਦੇ 'ਚ ਉਦੋਂ ਮੇਰੀ ਉਦੋਂ ਸਿਰਫ 28 ਸਾਲ ਦੀ ਉਮਰ ਸੀ 3 ਸਾਲ ਹੋਏ ਸੀ ਮੈਨੂੰ ਵਕਾਲਤ ਸ਼ੁਰੂ ਕੀਤੇ ਮਤਲਬ ਕਿ ਮੈਂ ਤਾਂ 81 ਤੋਂ 84 ਦੇ ਵਿੱਚ ਇਹ ਆਪ ਜੀ ਤੇ ਜਿਹੜਾ ਆਪ ਜੀ ਜੁੜ ਗਏ ਹਾਂ ਇਹਦੇ ਵਿੱਚ ਔਰ ਮਤਲਬ ਕਿ ਮੇਰਾ ਤਾਂ ਸਿਰਫ ਇਹ ਕੰਮ ਹੁੰਦਾ ਸੀ ਉਹ ਪਤਾ ਚੱਲਣਾ ਕਿ ਕਚਹਿਰੀ ਵਿੱਚ ਕੋਈ ਕੇਸ ਲੱਗਿਆ ਔਰ ਕੋਈ ਇਹ ਵੱਡੇ ਵੱਡੇ ਵਕੀਲ ਗੋਬਿੰਦਾ ਮਖੋਟੇ ਇਹ SC ਮਲਿਕ ਔਰ ਸੀਨੀਅਰ ਐਡਵੋਕੇਟ ਇੰਡੀਆ ਦੇ ਕਹਿੰਦੇ ਕਹਾਉਂਦੇ ਉਹ ਆ ਕੇ ਕੇਸ ਕਰਦੇ ਸੀ ਜੀ ਇਹ ਸਾਡੇ ਕੇਸ ਔਰ ਮੁਫ਼ਤ 'ਚ ਕਰਦੇ ਸੀ ਖਰਚੇ ਆਪਣੀ ਜੇਬਾਂ 'ਚੋਂ ਕਰਕੇ ਕਰਦੇ ਸੀ ਮਤਲਬ ਕਿ ਇਹੋ ਜਿਹੇ ਬੰਦੇ ਇਨਸਾਨੀਅਤ ਦੇ ਹੈਗੇ ਆ ਇਨਸਾਨੀਅਤ ਵਾਲੇ ਔਰ ਮੈਂ ਤਾਂ ਜਾ ਕੇ ਪਿੱਛੇ ਖੜ ਜਾਣਾ ਪਿੱਛੇ ਖੜ ਕੇ ਜੇ ਉਹਨੇ ਕਹਿ ਦੇਣਾ ਕਿ ਗੈਟ ਮੀ ਦਿਸ ਬੁੱਕ ਫਰੋਮ ਲਾਇਬ੍ਰੇਰੀ ਭੱਜੇ ਭੱਜੇ ਜਾਣਾ ਲਾਇਬ੍ਰੇਰੀ 'ਚੋਂ ਕਿਤਾਬ ਲਿਆ ਕੇ ਦੇ ਦੇਣੀ ਔਰ ਸੋਚਣਾ ਕਿ ਮੈਂ ਆਪਣਾ ਹਿੱਸਾ ਪਾਤਾ ਮਤਲਬ ਕਿ ਇਸ ਤਰੀਕੇ ਨਾਲ ਸ਼ੁਰੂ ਹੋਏ ਜੀ ਦਸੰਬਰ 1984 ਦੇ ਵਿੱਚ ਪਹਿਲੀ ਵਾਰੀ ਮੈਂ ਕੇਸ ਕੀਤਾ ਸੀ ਇਸ ਇਹਦਾ 84 ਦਾ ਹਾਈ ਕੋਰਟ ਦੇ ਵਿੱਚ ਤੇ ਉਵੇਂ ਹਰ ਕੇਸ ਦੇ ਵਿੱਚ ਇਨਵੋਲਵ ਹੋਣਾ ਹਰ ਕੇਸ ਦੇ ਵਿੱਚੋਂ ਪਿੱਛੋਂ ਫੋਲੋਅਪ ਕਰਨਾ ਪਿੱਛੋਂ ਸਪੋਰਟ ਕਰਨੀ ਇਹ ਤਰੀਕੇ ਨਾਲ ਸ਼ੁਰੂ ਹੋ ਕੇ ਫਿਰ ਇਹ ਮਿਸ਼ਰਾ ਇੱਥੇ ਇੱਕ ਸਕਿੰਟ ਤੁਹਾਨੂੰ ਟੋਕਦਾ ਵੀ ਇਹ ਜਦੋਂ ਤੁਸੀਂ ਜੋ ਤੁਸੀਂ ਦੇਖਿਆ ਤੁਹਾਡੇ ਮਨ 'ਚ ਉਹ ਪਿਕਚਰ ਸੀ ਪਰ ਜਦੋਂ ਤੁਸੀਂ ਡਾਕੂਮੈਂਟ ਦੇ ਥਰੂ ਜਦੋਂ ਤੁਸੀਂ ਇਹਦੇ ਵਿੱਚ ਇਨਵੋਲਵ ਹੁੰਦੇ ਗਏ ਕੋਈ ਫਰਕ ਲੱਗਾ ਆਪਣੇ ਆਪ ਅੱਖੀਂ ਦੇਖਣ ਤਾਂ ਜੋ ਸੱਚਾਈ ਬਾਹਰ ਆ ਰਹੀ ਸੀ ਉਹ ਡਿਫਰੈਂਟ ਸੀ ਜਾਂ ਬਹੁਤ ਜ਼ਿਆਦਾ ਉਹ ਚਾਹੁੰਦਾ ਕਿਉਂਕਿ ਜੇਕਰ ਮੈਂ ਤੁਹਾਨੂੰ ਦੇਖਾਂ ਮੇਰੇ ਵਰਗੇ ਬੰਦੇ ਮੈਂ ਖੁਦ ਹੀ ਇਹ ਜਿਹੜੀ ਡੈਫੀਨੇਸ਼ਨ ਵਿਕਟਿਮ ਦੀ ਬਣਾਈ ਇਸ ਤਾਂ ਵਿਕਟਿਮ ਸਮਝਦੇ ਨਹੀਂ ਜੀ ਮੇਰੇ ਵਰਗੇ ਬੰਦੇ ਜਿਹੜੇ ਕਿ ਜਿਹਨਾਂ ਨਾਲ ਇਹ ਸਭ ਕੁਛ ਹਾਲ ਹੋਇਆ ਅਸੀਂ ਵਿਕਟਿਮ ਦੀ ਡੈਫੀਨੇਸ਼ਨ 'ਚ ਨਹੀਂ ਹਾਂ ਕਿਉਂਕਿ ਇਹ ਵਿਕਟਿਮ ਦੀ ਡੈਫੀਨੇਸ਼ਨ ਹੋਈ ਫਿਰ ਤਾਂ ਕਈ ਲੱਖਾਂ ਹੋ ਗਏ ਲੱਖਾਂ ਦਿੱਲੀ ਦੇ ਵਿੱਚ ਕੋਈ ਵੀ ਸਿੱਖ ਉਦੋਂ ਉੱਥੇ ਮੌਜੂਦ ਸੀ ਜੋ ਦਿੱਲੀ 'ਚ ਉਹਦੀ ਆਪਣੀ ਕਹਾਣੀ ਆ ਡਾਕਟਰ ਮਨਮੋਹਨ ਸਿੰਘ ਦੇ ਘਰ ਦੇ ਉੱਤੇ ਹਮਲਾ ਹੋਇਆ ਇਹ ਉਦੋਂ ਬੰਬੇ ਸੀ ਜੀ ਅਸ਼ੋਕ ਵਿਹਾਰ ਚਿੰਨ ਦਾ ਆਪਣਾ ਘਰ ਸੀ ਇਹਨਾਂ ਦੀ ਲੜਕੀ ਨੇ ਹੋਣਾ 2 ਸਾਲ ਪਹਿਲਾਂ ਕਿਤਾਬ ਲਿਖੀ ਆ ਔਰ ਕਿਤਾਬ 'ਚ ਉਹਨੇ ਲਿਖਿਆ ਕਿ ਘਰ ਦੇ ਉੱਤੇ ਹਮਲਾ ਹੋਇਆ ਔਰ ਉਹਦੇ ਇਹਨਾਂ ਦਾ ਜੋ ਦਿਮਾਗ ਹੈ ਹਿੰਦੂ ਹੈ ਉਹ ਘਰ ਦੇ ਬਾਹਰ ਖੜਾ ਹੋ ਗਿਆ ਉਹਨੇ ਕਿਹਾ ਕਿ ਜੇ ਤਾਂ ਮੇਰਾ ਘਰ ਹੈ ਜੀ ਉਹ ਕਹਿ ਕੇ ਬਚਾਇਆ ਅਤੇ ਉਸ ਤੋਂ ਬਾਅਦ ਮੈਂ ਆਰਟੀਕਲ ਲਿਖਿਆ ਸੀ ਕਿ ਡਾਕਟਰ ਮਨਮੋਹਨ ਸਿੰਘ ਜੀ ਤੁਹਾਡਾ ਤਾਂ ਘਰ ਤੁਹਾਡੇ ਜੁਆਈ ਨੇ ਬਚਾ ਲਿਆ ਤੁਹਾਡੀ ਲੇਨ ਦੇ ਵਿੱਚ 7 ਘਰ ਜਿਹੜੇ ਸਿੱਖਾਂ ਦੇ ਜਲਾਤੇ ਉੱਥੇ ਤੁਹਾਡੇ ਅਗਲੀ ਲੇਨ ਦੇ ਵਿੱਚ ਗੁਰਦੁਆਰਾ ਬਚਾਇਆ ਜਲਾਇਆ ਔਰ ਉਸੇ ਇਲਾਕੇ ਦੇ ਵਿੱਚ ਜਿਹੜੇ 400 ਵਹੀਕਲ ਜਲਾਏ ਬਈ ਉਹ ਉਹਨਾਂ ਵਾਸਤੇ ਤੁਹਾਨੂੰ ਸੋਚਣਾ ਚਾਹੀਦਾ ਸੀ ਔਰ ਉਹਨਾਂ ਨੇ ਲਿਖਿਆ ਕਿ ਉਹ ਪਤਾ ਸੀ ਉਹਨਾਂ ਨੂੰ ਕਿ ਕਿਹੜੇ ਲੋਕ ਆ ਮੈਂ ਕਿਹਾ ਮੈਂ ਦੱਸਦਾ ਦੀਪ ਚੰਦ ਬੰਧੂ ਸੀ ਸਾਡੇ ਕੋਲ ਇਹ ਪਏ ਬਈ ਕਮ ਸੇ ਕਮ ਉਹਨੂੰ ਤਾਂ ਸਜ਼ਾ ਦਵਾ ਦਿੰਦੇ ਪ੍ਰਧਾਨ ਮੰਤਰੀ ਬਣ ਕੇ ਰਹੇ ਬਣੇ ਪ੍ਰਧਾਨ ਮੰਤਰੀ ਬਣੋ ਨਹੀਂ ਉਹ ਤਾਂ ਜੀ ਉਹਨਾਂ ਦੇ ਸਰਕਾਰੀ ਮੈਂ ਉਹ ਅੱਛਾ ਹੁਣ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀ ਉਹ ਕਿ ਇਹ ਹਰ ਇੱਕ ਸਿੱਖ ਦੀ ਸਟੋਰੀ ਹੈ ਈਵਨ ਹਰਸਿਮਰਤ ਕੌਰ ਬਾਦਲ ਇਹ ਉਸ ਦਿਨ ਉੱਥੇ ਸੀ ਇਹਨਾਂ ਤੋਂ ਜਿਹੜਾ ਪੁੱਛ ਲਓ ਇਹ ਮਤਲਬ ਕਿ ਇਹ ਤੁਹਾਨੂੰ ਆਪਣੀ ਕਹਾਣੀ ਸੁਣਾਉਣਗੇ ਕਿਵੇਂ ਇਹ ਸਰਵੈਂਟ ਕੁਆਟਰ ਦੇ ਵਿੱਚ ਲੁੱਕ ਕੇ ਆਪਣੀਆਂ ਜਾਨਾਂ ਬਚਾਈਆਂ ਇੱਕ ਇੱਕ ਸਿੱਖ ਜੋ ਦਿੱਲੀ ਦੇ ਵਿੱਚ ਮੌਜੂਦ ਸੀ ਚਾਹੇ ਉਹ ਜਿੰਨਾ ਮਰਜ਼ੀ ਉੱਚੀ ਤੋਂ ਉੱਚੀ ਪਦਵੀ 'ਤੇ ਸੀ ਚਾਹੇ ਉਹ ਗਰੀਬ ਸੀ ਉਹਦੀ ਆਪਣੀ ਕਹਾਣੀ ਆ ਕੋਈ ਵੀ ਦਿੱਲੀ ਦੇ ਵਿੱਚ ਕੋਈ ਵੀ ਜਗ੍ਹਾ ਇੱਕ ਵੀ ਐਸੀ ਨਹੀਂ ਸੀ ਜਿੱਥੇ ਕਿ ਕੋਈ ਸਿੱਖ ਸੇਫ ਹੋਵੇ ਈਵਨ ਇੱਥੋਂ ਤੱਕ ਖੁਸ਼ਵੰਤ ਸਿੰਘ ਐਮੀਨੈਂਟ ਰਾਈਟਰ ਦੁਨੀਆ ਦਾ ਵੱਡਾ ਵੱਡਾ ਰਾਈਟਰ ਉਹਨੇ ਜੈਲ ਸਿੰਘ ਨੂੰ ਫੋਨ ਕੀਤਾ ਕਿ ਮੇਰੇ ਘਰ 'ਤੇ ਹਮਲਾ ਹੋ ਗਿਆ ਗਿਆਨੀ ਜੈਲ ਸਿੰਘ ਪ੍ਰੈਜੀਡੈਂਟ ਨੂੰ ਫੋਨ ਕਰ ਰਿਹਾ ਔਰ ਪ੍ਰੈਜੀਡੈਂਟ ਉਹਨੂੰ ਕਹਿੰਦਾ ਕਿ ਕਿਸੇ ਨਾ ਕਿਸੇ ਗੁਆਂਢੀ ਦੇ ਘਰੇ ਜਾ ਕੇ ਸ਼ੈਲਟਰ ਲੈ ਲਾ ਜੇਕਰ ਰਾਸ਼ਟਰਪਤੀ ਭਵਨ ਤੋਂ ਬਾਹਰ ਮੈਂ ਹੋਵਾਂ ਤਾਂ ਮੈਂ ਵੀ ਸੇਫ ਨਹੀਂ ਮੈਨੂੰ ਉਹਦੇ 'ਤੇ ਆਲਰੇਡੀ ਹਮਲਾ ਹੋ ਚੁੱਕਾ ਉੱਥੇ ਆਲਰੇਡੀ ਹਮਲਾ ਸਤ ਸਿੰਘ ਜੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਈ ਵਾਰ ਸੁਣੀਆਂ ਸੁਣਾਈਆਂ ਗੱਲਾਂ ਇਹ ਜਿਹੜੇ ਸੱਚ ਜਿਹੜੇ ਹਰੇਕ ਸਿੱਖ ਦੀ ਆਪਣੀ ਨਵੀਂ ਕਹਾਣੀ ਆ ਹਰੇਕ ਸਿੱਖ ਦੀ ਇੱਕ ਵੱਖਰੀ ਕਹਾਣੀ ਆ ਦਿੱਲੀ ਦੇ ਵਿੱਚ ਜਿਹੜਾ 84 ਦੇ ਵਿੱਚ ਰਹਿ ਰਿਹਾ ਸੀ ਕਿਉਂਕਿ ਜੇ ਆਪਾਂ ਆਪਣੇ ਆਪ ਨੂੰ ਇੱਕ ਅੱਖਾਂ ਬੰਦ ਕਰਕੇ ਉਹ 84 ਦਾ ਦ੍ਰਿਸ਼ ਜੋ ਇਹਨਾਂ ਨਾਲ ਹੋਇਆ ਜਿਹੜਾ ਦੱਸ ਰਹੇ ਨੇ ਉਹ ਸੋਚ ਕੇ ਦੇਖੀਏ ਕਿ ਸਿੱਖਾਂ ਨੂੰ ਹਾਲੇ ਤੱਕ ਜਸਟਿਸ ਕਿਉਂ ਨਹੀਂ ਮਿਲਿਆ ਕਿਸ ਗੱਲ ਤੋਂ ਨਹੀਂ ਮਿਲਿਆ ਅਤੇ ਹੁਣ ਜਿਹੜਾ ਅਗਲਾ ਜਿਹੜਾ ਇਹ ਤੋਂ ਬਾਅਦ 84 ਤੋਂ ਬਾਅਦ ਜਿਹੜਾ ਮੇਰਾ ਅਗਲਾ ਕੁਐਸਚਨ ਆ ਫੁਲਕਾ ਸਾਹਿਬ ਨੂੰ ਫੁਲਕਾ ਸਾਹਿਬ ਜੀ ਇਹ ਆਪ ਜੀ ਦਾ ਲੰਮੇ ਸਮੇਂ ਦਾ ਕੈਰੀਅਰ ਜਿਹੜਾ ਬਚਪਨ ਤੋਂ ਲੈ ਕੇ ਗ੍ਰੈਜੂਏਸ਼ਨ ਤੋਂ ਬਾਅਦ ਆ ਆਪ ਜੀ ਦਿੱਲੀ ਗਏ ਸਰਵਿਸ ਸ਼ੁਰੂ ਕੀਤੀ ਅਤੇ 3 ਸਾਲ ਬਾਅਦ 84 ਦਾ ਜਿਹੜਾ ਇਹ ਕਾਲਾ ਦਿਨ ਮੈਂ ਤਾਂ ਕਹਾਂਗਾ ਇਹ ਸਿੱਖ ਹਿਸਟਰੀ 'ਚੋਂ ਕਦੀ ਵੀ ਭੁੱਲ ਨਹੀਂ ਸਕਦਾ ਸਾਨੂੰ ਪਰ ਉਹਦੇ ਤੋਂ ਬਾਅਦ ਆ ਜਿਹੜੀ ਅਗਲਾ ਸਟੈਪ ਆਪਣਾ ਆਉਂਦਾ ਫੁਲਕਾ ਸਾਹਿਬ ਨੇ
ਪੋਲੀਟਿਕਸ ਕਿਵੇਂ ਖਿਆਲ ਆਇਆ ਮਨ ਵਿੱਚ, ਜਿਹੜਾ ਅੱਜ ਦੇ ਸਮੇਂ ਦੇ ਵਿੱਚ ਸਭ ਨਾਲੋਂ ਦੁਨੀਆ ਦੇ ਵਿੱਚ ਸਭ ਨਾਲੋਂ ਵੱਡੀ ਗੱਲ ਜਿਹੜੀ ਇਸ ਟਾਈਮ ਆਪਾਂ ਮੰਨੀ ਜਾਵਣਦੀ ਆ ਉਹ ਇਹ, ਮੈਂ ਚਾਹੁੰਦਾ ਕਿ ਆਪ ਜੀ ਸਿੱਖ ਸੰਗਤਾਂ ਨੂੰ ਦੱਸੋ। ਦੇਖੋ 30 ਸਾਲ ਜਦੋਂ ਮੈਂ ਇਹ ਕਰਦਾ ਰਿਹਾ ਤੇ ਬੜੇ ਮੌਕੇ ਮਿਲੇ ਜੀ ਪੋਲੀਟਿਕਸ ਚ ਆਉਂਦੇ, ਔਰ ਮੈਂ ਬਿਲਕੁਲ ਨਹੀਂ ਜੁਆਇਨ ਕੀਤਾ। ਕਈ ਵਾਰੀ ਬੜਾ ਜ਼ੋਰ ਵੀ ਦਿੱਤਾ। ਮਦਨ ਲਾਲ ਖੁਰਾਣਾ ਦਿੱਲੀ ਦੇ ਚੀਫ ਮਿਨਿਸਟਰ ਹੁੰਦੇ ਸੀ, ਮੇਰੇ ਬੜੇ ਨਜ਼ਦੀਕ ਸੀ, ਕਿਉਂਕਿ ਅਗਰ ਕਿਸੇ ਵੀ ਲੀਡਰ ਨੇ 84 ਦੇ ਬਾਰੇ ਦਿਲੋਂ ਕੰਮ ਕੀਤਾ ਉਹ ਮਦਨ ਲਾਲ ਖੁਰਾਣਾ ਸੀ। ਉਸ ਟਾਈਮ ਵੀ ਭੱਜਿਆ ਫਿਰਦਾ ਰਿਹਾ, ਉਦੋਂ ਮਗਰੋਂ ਵੀ, ਔਰ ਕੇਸਿਸ ਬਾਰੇ ਵੀ, ਜਦੋਂ ਮੁੱਖ ਮੰਤਰੀ ਸੀ ਜੋ ਗੱਲ ਮੈਂ ਕਹਿਣੀ ਇੱਕ ਮਿੰਟ 'ਚ ਉਹਨੇ ਇੱਕਦਮ ਕਰਨੀ। ਮੈਂ ਇਹ ਜੀ ਇਹ ਮਲਕੇ ਸਾਡੇ ਕੋਈ ਅਕਾਲੀ ਲੀਡਰ ਵੀ ਇੰਨਾ ਨਹੀਂ ਸੀ ਇੱਥੋਂ ਤੱਕ ਜਿਵੇਂ ਕਰਦਾ ਸੀ। ਜੇ ਅਸੀਂ ਅਕਾਲੀ ਲੀਡਰਾਂ ਜਾ ਕੇ ਕਹਿਣਾ ਕਿ ਜੀ ਇਹ ਕਰਵਾ ਦਿਓ, ਉਹਨਾਂ ਨੇ ਕਹਿਣਾ ਅੱਛਾ ਜੀ ਅੱਛਾ ਸੋਚਦੇ ਹਾਂ, ਗੱਲ ਕਰਦੇ ਹਾਂ। ਮਦਨ ਲਾਲ ਖੁਰਾਣਾ ਜਾ ਕੇ ਉਹਨਾਂ ਨੂੰ ਉੱਠ ਕੇ ਨਾਲ ਚੱਲ ਪੈਣਾ, ਨਾਲ ਤੁਰ ਪੈਣਾ, ਇਹੋ ਜਿਹੇ ਕਰਕੇ ਉਹ ਸਿਰਫ ਉਹਦੇ ਕਰਕੇ ਨਹੀਂ। ਉਹਨੇ ਬੜਾ ਜ਼ੋਰ ਮੈਨੂੰ ਲਾਇਆ, ਤਿੰਨ ਟਿਕਟ ਦੇਣਾ, ਤਿੰਨ ਇਲੈਕਸ਼ਨ ਲੜਨੇ ਆ। ਮੈਂ ਕਿਹਾ ਨਹੀਂ, ਮੈਂ ਤੁਹਾਨੂੰ ਹੁਣੇ ਤੁਹਾਡੇ ਨਾਲ ਗੱਲਾਂ ਕਰ ਹੀ ਰਿਹਾ ਸੀ, ਦੱਸ ਰਿਹਾ ਸੀ। ਦੋ ਸਾਲ ਪਹਿਲਾਂ ਵੀ ਜਦੋਂ ਮੈਂ ਤੁਹਾਡੇ ਚੈਨਲ 'ਤੇ ਆਇਆ ਸੀ ਉਦੋਂ ਉਮਾਨ ਨੇ ਮੇਰੀ ਇੰਟਰਵਿਊ ਲਈ ਸੀ, ਉਦੋਂ ਵੀ ਮੈਨੂੰ ਕਹਿ ਰਹੇ ਸੀ ਪੋਲੀਟਿਕਸ ਨੂੰ ਜੁਆਇਨ ਕਰਦੇ। ਮੈਂ ਕਿਹਾ ਸੀ ਪੋਲੀਟਿਕਸ ਜੁਆਇਨ ਕਰਨ ਦਾ ਬਿਲਕੁਲ ਕੋਈ ਇਰਾਦਾ ਨਹੀਂ ਸੀ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਾਂ, ਕਿਉਂਕਿ ਮੈਂ ਆਪਣੇ ਇਹ ਕੇਸਾਂ ਨੂੰ, ਮਤਲਬ ਕਿ ਮੈਂ ਇੱਕ ਤਰ੍ਹਾਂ ਦਾ, ਤੁਸੀਂ ਇਹ ਲੈ ਲਓ ਕਿ ਚਾਹੇ ਅਕਾਲ ਪੁਰਖ ਵਾਹਿਗੁਰੂ ਨੇ ਮੇਰੀ ਡਿਊਟੀ ਲਗਾਈ ਆ, ਜਾਂ ਮੈਂ ਆਪਣੇ ਆਪ ਉੱਪਰ ਲਿਆ, ਜਾਂ ਮੈਂ ਸੋਚਦਾ ਕਿ ਮੇਰਾ ਜੋ ਪਹਿਲ ਹੈ ਮੇਰੀ ਇਹ ਆ 84 ਦਾ ਇਨਸਾਫ ਆ, ਅਤੇ ਬਾਕੀ ਸਾਰੀਆਂ ਗੱਲਾਂ ਬਾਅਦ 'ਚ। ਔਰ ਦੂਜੀ ਗੱਲ ਜੇਕਰ ਦੇਖਿਆ ਜਾਵੇ ਪੋਲੀਟਿਕਸ 'ਚ, ਆਮ ਕਰਕੇ ਲੋਕ ਜਿਹੜੇ ਆਉਂਦੇ ਆ ਕਿਸੇ ਪਦਵੀ ਵਾਸਤੇ ਆਉਂਦੇ ਆ, ਉੱਚ ਕਰਕੇ ਆਉਂਦੇ ਆ, ਮੈਨੂੰ ਜੋ ਵਾਹਿਗੁਰੂ ਨੇ ਹੁਣ ਤੱਕ ਦਿੱਤਾ, ਇੱਕ ਪਿੰਡ ਦੇ ਸਰਕਾਰੀ ਸਕੂਲ 'ਚੋਂ ਚੁੱਕ ਕੇ ਲਿਆ ਕੇ ਇੰਨਾ ਰੁਤਬਾ ਦਿੱਤਾ, ਸੁਪਰੀਮ ਕੋਰਟ ਦਾ ਸੀਨੀਅਰ ਵਕੀਲ ਜੀ, ਸਾਰੇ ਇੰਡੀਆ 'ਚ ਇੰਨਾ ਰੁਤਬਾ ਦਿੱਤਾ, ਮਤਲਬ ਕਿ ਜੇਕਰ ਅਜੇ ਵੀ ਲਾਲਚ ਤੱਕ ਦੇ ਤਾਂ ਕੋਈ ਲਿਮਿਟੀ ਨਹੀਂ ਹੁੰਦੀ ਨਾ, ਤਾਂ ਮੈਂ ਬਿਲਕੁਲ, ਮੈਂ ਆਪਣੇ ਆਪ ਨੂੰ ਜਿਹਨੂੰ ਕਹਿੰਦਾ ਨਾ ਕੰਟੈਂਟ, ਔਰ ਜਿੱਥੇ ਮੈਂ ਆ ਬਹੁਤ ਮੈਨੂੰ ਉੱਥੇ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਸੀ, ਔਰ ਮੈਂ ਕਦੇ ਸੋਚਿਆ ਨਹੀਂ ਸੀ। ਦੂਜੀ ਗੱਲ ਇਹ ਸੀਗੀ ਕਿ ਮੈਂ ਉੱਥੇ ਪੰਜਾਬ ਦੇ ਵਿੱਚ ਜਾ ਕੇ ਮਾਰਚ ਨਿਕਾਲੇ ਸੀ ਪਿਛਲੇ ਅਸੈਂਬਲੀ ਇਲੈਕਸ਼ਨ ਦੇ ਵਿੱਚ ਕਿ ਨਸ਼ੇ ਨਾ ਵੰਡੋ, SGPC ਇਲੈਕਸ਼ਨ 'ਚ ਮਾਰਚ ਨਿਕਾਲੇ ਸੀ ਨਸ਼ੇ ਨਾ ਵੰਡੋ, 800 ਕਿਲੋਮੀਟਰ ਲੰਬਾ ਮੈਂ ਮਾਰਚ ਨਿਕਾਲਿਆ ਸੀ ਪਿਛਲੇ 2012 ਦੀਆਂ, ਪਹਿਲਾਂ SGPC ਵੇਲੇ ਵੀ ਨਿਕਾਲਿਆ, ਉਹ 2011 'ਚ ਹੋਈਆਂ, 2012 'ਚ ਜਦੋਂ ਇਹ ਅਸੈਂਬਲੀ ਇਲੈਕਸ਼ਨ ਹੋਇਆ ਉਦੋਂ 800 ਕਿਲੋਮੀਟਰ ਲੰਬਾ ਮੈਂ ਮਾਰਚ ਨਿਕਾਲਿਆ ਸੀ ਨਸ਼ਿਆਂ ਦੇ ਖਿਲਾਫ, ਔਰ 15 ਡਿਸਟ੍ਰਿਕਟ ਕਵਰ ਕੀਤੇ ਸੀ, ਹੋਟਲਾਈਨ ਆਪਣੀ ਦਿੱਤੀ ਸੀ, ਇਲੈਕਸ਼ਨ ਕਮਿਸ਼ਨ ਨਾਲ ਟਾਈ ਅਪ ਕਰਕੇ 110 ਰੇਡ ਕਰਵਾਏ ਸੀ ਅਸੀਂ, ਮਤਲਬ ਕਿ ਇਹ ਜੇ ਕੰਮ ਕਰੋ ਉਦੋਂ ਮਗਰੋਂ ਜਾ ਕੇ ਉੱਥੇ ਇਲੈਕਸ਼ਨ ਲੜੋ, ਔਰ ਇਹੀਆਂ ਜੇ ਪਾਰਟੀਆਂ ਲੜੋ ਜਿਹਨਾਂ ਦਾ ਕੰਮ ਹੀ ਨਸ਼ੇ ਵੰਡਣਾ, ਉਹ ਮੇਰੀ ਕੌਨਸ਼ੀਅਸ ਅਲਾਓ ਨਹੀਂ ਸੀ ਕਰਦੀ। ਅੱਛਾ, ਜਦੋਂ ਇਹ ਆਮ ਆਦਮੀ ਪਾਰਟੀ ਵੀ ਆਈ, ਮੈਂ ਕੁਐਸਚਨ ਇਹੀ ਕਰਨਾ ਸੀਗਾ ਵੀ ਬਹੁਤ ਆਫਰ ਆਈਆਂ ਫੁਲਕਾ ਸਾਹਿਬ ਉਹਨਾਂ ਨੂੰ ਵੀ ਪੋਲੀਟਿਕਸ ਜੁਆਇਨ ਕਰੋ, ਅਤੇ ਪਹਿਲੀ ਗੱਲ ਮਨ ਮੰਨਦਾ ਨਹੀਂ ਸੀ, ਚਲੋ ਸਮਾਂ ਆ ਗਿਆ, ਕੇਵਲ ਸਮੇਂ ਦੇ ਹਿਸਾਬ ਨਾਲ ਇਨਸਾਨ ਸੋਚਦਾ ਬਈ ਪਿੱਛੇ ਰਹਿ ਕੇ ਲੜਨ ਨਾਲੋਂ ਮੂਹਰੇ ਆ ਕੇ ਫਰੰਟ 'ਤੇ ਜੇ ਆਪਣੇ ਕੋਲ ਰੁਤਬਾ ਹੈ ਤਾਂ ਆਪਾਂ ਆਪਣੀ ਗੱਲ ਅਸੈਂਬਲੀ 'ਚ ਵੀ ਰੱਖ ਸਕਦੇ ਹਾਂ, ਲੋਕ ਸਭਾ 'ਚ ਵੀ ਰੱਖ ਸਕਦੇ ਹਾਂ, ਅਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਬਈ ਆਮ ਆਦਮੀ ਪਾਰਟੀ ਜਿਹੜੀ ਆ ਇਹਦੇ ਵਿੱਚ ਕਿਵੇਂ ਆਪ ਜੀ ਦੀ ਐਂਟਰੀ ਹੋਈ, ਇਹ ਮੈਂ ਚਾਹੁੰਦਾ ਕਿ ਆਪ ਜੀ ਦੱਸੋ। ਦੇਖੋ, ਮੈਂ ਤੁਹਾਨੂੰ ਦੱਸਾਂ, ਇਹ ਪਾਰਟੀ ਵੀ ਹੁਣ ਜਿਵੇਂ ਜੁਆਇਨ ਕੀਤੀ ਹੈ ਨਾ, ਆਪਣੀ ਮਰਜ਼ੀ ਨਾਲ ਨਹੀਂ ਕੀਤੀ, ਮਜਬੂਰੀ ਨਾਲ ਜੁਆਇਨ ਕੀਤੀ ਹੈ। ਅੱਛਾ ਜੀ, ਉਹ ਮਜਬੂਰੀ ਤੁਹਾਨੂੰ ਹੁਣ ਮੈਂ ਦੱਸਦਾ ਕੀ ਸੀ। ਹਾਂ, ਉਹ ਦੱਸੋ ਕੀ ਸੀ। ਅੱਛਾ, ਜਦੋਂ ਇਹ ਦੇਖੋ ਕੇਜਰੀਵਾਲ ਅਤੇ ਪ੍ਰਸ਼ਾਂਤ ਭੂਸ਼ਣ, ਇਹ ਮੈਨੂੰ ਪਹਿਲਾਂ ਦੇ ਜਾਣਦੇ, ਪਰ ਅਸਲੀ ਜੋ ਕੇਜਰੀਵਾਲ ਦਾ ਜੋ ਮੇਰੇ ਦਿਲ ਦੇ ਵਿੱਚ ਜੋ ਰਿਕਾਰਡ ਬਹੁਤ ਵਧਿਆ, ਉਹ ਜਦੋਂ 2013 ਦੇ ਅਪ੍ਰੈਲ ਦੇ ਵਿੱਚ ਜਦੋਂ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ 2013 'ਚ, ਔਰ ਬਿਲਕੁਲ ਗਲਤ ਬਰੀ ਕੀਤਾ, ਉਹਦੇ ਨਾਲ ਚਾਹੇ 5 ਬੰਦਿਆਂ ਨੂੰ ਹੋਰਾਂ ਨੂੰ ਸਜ਼ਾ ਹੋਈ, ਇੱਕ ਐਕਸ MLA ਮਹਿੰਦਰ ਯਾਦਵ ਉਹਨੂੰ ਸਜ਼ਾ ਹੋਈ, ਇੱਕ ਐਕਸ ਕੌਂਸਲਰ ਬਲਬਲ ਖੋਖਰ ਨੂੰ ਸਜ਼ਾ ਹੋਈ, ਪਰ ਸੱਜਣ ਕੁਮਾਰ ਜੋ ਮੇਨ ਦੋਸ਼ੀ ਸੀ, ਜਿਹੜਾ ਮੇਨ ਦੋਸ਼ੀ ਛੱਡ ਕੇ ਛੱਡਿਆ ਉਹਨੂੰ, ਉਹਦੇ 'ਤੇ ਸਾਨੂੰ ਬੜਾ ਦੁੱਖ ਸੀ। ਉਦੋਂ ਮੈਨੂੰ ਫੋਨ ਆਇਆ ਅਰਵਿੰਦ ਕੇਜਰੀਵਾਲ ਦਾ ਕਿ ਜੀ ਮੈਂ ਜੇ ਮੈਂ ਕਿਆ ਕਰ ਸਕਦਾ ਹਾਂ ਮੈਨੂੰ ਬਤਾਈਏ, ਔਰ ਅੱਜ ਹਮ ਡਿਨਰ ਇਕੱਠੇ ਕਰੇ। ਥੋੜੀ ਦੇਰ ਬਾਅਦ ਫਿਰ ਫੋਨ ਆ ਗਿਆ ਕਿ ਸ਼ਾਮ ਤੱਕ ਵੇਟ ਨਹੀਂ ਕਰ ਸਕਦੇ, ਅਰਜੈਂਟ ਹੈ, ਆਪ ਕਹਾਂ ਹੋ, ਆਪ ਕਹਾਂ।
मैं क्या कोर्ट हूं, मैं आ गया एक घंटे बाद जी कोर्ट पहुंच गया। अच्छा जी कोर्ट पहुंच गया, कोर्ट ना एक आप ते एक नाल होर बंदा और दो बंदे मेरे को कोर्ट पहुंच गए, बताओ क्या करूं मैं, क्या करूं? तो मैं इसनों कहा, मैं इन्हू लेके तुम इस तरह करो, इनू इशू हाईलाइट करने के वास्ते भुख हड़ताल से बैठो। अच्छा जी आप जी ने और निरप्रीत मैं क्या लीड कर दो, निरप्रीत ने भुख हड़ताल से बैठी और नाल मैं इन्हों कहा कि सारिया पार्टियां का असं साथ लेना, कला तुहाडा नहीं लेना जी। कहिंदा ठीक है, मैं क्या पहले दिन आप बैठोगे, उसके बाद बीजेपी नूं असीं टाइम देवांगे, अकाली दल नूं देवांगे, दूजियां सिख संस्थावां नूं देवांगे, सारिआं नूं देवांगे। सो इह प्लान इन्हां ने साहिब जी उन्होंने केजरी कीता कि इन्हां ने एकदम जो पहले दिन यह आके पूरे 24 दे 24 घंटे यह जी उत्थे नाल भुख हड़ताल ते नाल बैठे जी। ए वाले 2013 में हाँ, और उस तो बाद जो मैं रात नूं उत्थे पहुंचिया, रात नूं जदों मैं उत्थे गया ते जाके मैं देखिया कि मैं इन्हां नूं गुरद्वारा कमेटी वालों मैं कहा सी कि भाई तुम इतने अपने 10-15 सेवादार की ड्यूटी लगा दो, क्योंकि रात में कली होएगी जी, और अगले दिन की गल है जी। तो अगले दिन उत्थे 2-3 सेवादार, मैं इन्हों फोन करके कहा भी तुहाडे बंदे नहीं आए उत्थे, एक यंग जहा मुंडा मेरे को खड़ा कहिंदा सर तुसीं की रात नूं रहिण दी गल कर रहे हो, मैं कहा रात नूं रहिण दी गल कर रहा, कहिंदा तुसीं फिक्र ना करो आ जे साडे उत्थे टोपियां वाले तो दूजे तकरीबन 100-150 बंदा बैठा सी, कहिंदा सारे रात रहणगे जी, मैं ये रात रहणगे, कहिंदा हाँ जी रात रहणगे। तो मैं क्या फिर मैं क्या गुरुद्वारा कमेटी वालों कहो कि इतने गद्दे गुद्दे बिछा दियो, कहिंदा कोई लोड़ नहीं जी गद्दियां दी, कोई लोड़ नहीं गद्दियां दी, क्रांतिकारी लोग असीं सड़क ते सौवांगे, सड़क ते सौवांगे। और वो मुंडा जिहड़ा सीगा उत्थे वो है जगदीप सिंह, जगदीप जिहड़ा अज हरिनगर का MLA है, MLA वो नौजवान वो मतलब कि तुसीं ये जज्बा देखो इन्हां दा, ਉਹ ਮੈਂ ਜਾ ਕੇ ਗੁਰਦੁਆਰੇ ਕਮੇਟੀ ਵਾਲੇ ਸਾਰੇ ਜੱਥਿਆਂ ਨੂੰ ਕਹਿੰਦਾ ਸੀ, ਮੈਂ ਕਿਹਾ ਉਹ ਦੇਖੋ ਜੀ ਉਹ ਸਿੱਖੋ ਉਹਨਾਂ ਤੋਂ, ਉਹ ਸਾਡਾ ਇਸ਼ੂ ਉਹ ਆ ਕੇ ਸੜਕ ਦੇ ਉੱਤੇ ਪਏ ਆ, ਸਿਰਫ ਸਾਨੂੰ ਗੱਦਿਆਂ ਦੀ ਵੀ ਲੋੜ ਨਹੀਂ ਰਾਤ ਨੂੰ, ਔਰ ਰਾਤ ਨੂੰ ਮੈਂ ਆ ਕੇ ਤੁਹਾਡੇ ਕੋਲ ਹੀ ਭੇਜਿਆ ਹੋਊਗਾ, ਮੈਂ ਆਉਂਦੇ ਸਾਰ ਇਹਨਾਂ ਨੂੰ ਫੋਨ ਕੀਤਾ ਡੇ ਐਂਡ ਨਾਈਟ ਵਾਲਿਆਂ ਨੂੰ ਜੀ, ਤੁਹਾਡੇ ਕੋਲ ਉਹਨੇ ਰਿਪੋਰਟ ਭੇਜੀ ਸੀ ਜੀ, ਮੈਂ ਕਿਹਾ ਰਾਤ ਨੂੰ 11 ਵਜੇ ਜਾਈ ਜਾ ਕੇ ਦੇਖ ਕੇ ਆਈ, ਉਹ ਰਾਤ ਨੂੰ 11 ਵਜੇ ਜਾਏ ਉਹ ਕਹਿੰਦੇ ਜੀ 60-70 ਬੰਦੇ ਉੱਥੇ ਆਮ ਆਦਮੀ ਪਾਰਟੀ ਦੇ ਉੱਥੇ ਲੇਟੇ ਹੋਏ ਆ, ਉੱਥੇ ਲੇਟੇ ਹੋਏ। ਔਰ ਅਗਲੇ ਦਿਨ ਬੀਜੇਪੀ ਦਾ ਸੀ ਜੀ, ਬੀਜੇਪੀ ਲਈ ਆਏ 2 ਘੰਟੇ ਲੈਕਚਰ ਉੱਥੇ ਦੇ ਕੇ ਗਾਇਬ ਹੋ ਗਏ ਜੀ। ਹਾਂ ਅਗਲੇ ਦਿਨ ਮੈਨੂੰ ਸਵੇਰੇ ਕੇਜਰੀਵਾਲ ਦਾ ਫੋਨ ਆਇਆ ਕਿ ਮੈਂ ਆ ਜਾਊਂ, ਮੈਂ ਕਿਹਾ ਆਪ ਰਹਿੰਦੇ ਤੋਂ ਅੱਜ ਬੀਜੇਪੀ ਵਾਲੇ ਕਾ, ਕਹਿੰਦੇ ਠੀਕ ਹੈ ਪਰ ਮੇਰੇ ਲੋਕ ਰਹੇਗੇ। ਉਦੋਂ ਥਰਡ ਡੇ ਅਕਾਲੀ ਦਲ ਦਾ ਸੀ, ਬਲਕਿ ਪਰ ਇਹਨਾਂ ਦਾ 100-150 ਬੰਦਾ ਉੱਥੇ ਰੋਜ਼ ਹਰ ਰੋਜ਼ ਰਿਹਾ। ਔਰ ਉਦੋਂ ਬਾਅਦ ਜਦੋਂ ਉੱਥੇ ਉਹ ਡਿਮਾਂਡ ਜਿਹੜੀਆਂ ਪੂਰੀਆਂ ਹੋਣ ਲੱਗੀਆਂ ਜੀ, ਉਸ ਦਿਨ ਉੱਥੇ ਬਾਦਲ ਸਾਹਿਬ ਆ ਗਏ ਜੀ, ਨਾਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਆ ਗਏ, ਨਾਲ ਸੁਖਬੀਰ ਆ ਗਿਆ, ਨਾਲ ਮੱਕੜ ਸਾਹਿਬ ਆ ਗਏ। ਉਹ CID ਨੇ ਆ ਕੇ ਕਹਿਤੀਆਂ ਸੀ ਕਿ ਜੀ ਤੁਹਾਡੀਆਂ ਉਹ ਮਿਸਿੰਗ ਚਾਰਜਸ਼ੀਟ ਸੱਜਣ ਕੁਮਾਰ ਦੀ ਫਾਈਲ ਉਹ ਕੱਲ੍ਹ ਨੂੰ ਹੋ ਜਾਏਗੀ, ਔਰ 3 ਡਿਮਾਂਡਾਂ ਤੁਹਾਡੀਆਂ ਮੰਨ ਲਈਆਂ ਜੀ, 1 ਡਿਮਾਂਡ ਜਿਹੜੀ SIT ਵਾਲੀ ਆ ਉਹ ਨਹੀਂ ਮੰਨੀ, ਉਹ ਅੱਜ ਉਹ ਥੋੜ੍ਹੀ ਦੇਰ ਲੱਗੂਗੀ ਜੀ, ਥੋੜ੍ਹੀ ਦੇਰ ਲੱਗੂਗੀ, 3 ਮੰਨ ਲਈਆਂ, ਕੱਲ੍ਹ ਨੂੰ ਡਿਕਲੇਸ਼ਨ ਹੋ ਜਾਣੀਆਂ ਜੀ, ਉਹ ਕੱਲ੍ਹ ਨੂੰ ਡਿਕਲੇਸ਼ਨ ਹੋ ਜਾਣੀਆਂ। ਉਸੇ ਦਿਨ ਉੱਥੇ ਉਹ ਸਾਰੀ ਅਕਾਲੀ ਦਲ ਸਾਰਾ ਪਹੁੰਚ ਗਿਆ, ਪੂਰਾ ਅਕਾਲੀ ਦਲ ਪਹੁੰਚ ਕੇ ਉੱਥੇ ਲੈਕਚਰਬਾਜ਼ੀ ਦੇ ਕੇ ਨਿਰਪ੍ਰੀਤ ਨੂੰ ਕਹਿੰਦੇ ਤੂੰ ਸਟੇਜ 'ਤੇ ਆ ਜਾ, ਸਟੇਜ 'ਤੇ ਉਹਨੂੰ ਬੁਲਾ ਕੇ ਅਕਾਲ ਤਖਤ ਦੇ ਸਿਰ ਸਾਹਿਬ ਨੇ ਕਿਹਾ ਅਭੀ ਵੀ ਜੂਸ ਪੀ, ਇਹ ਭੁੱਖ ਹੜਤਾਲ ਰੱਖਣਾ ਸਿੱਖ ਧਰਮ ਦੇ ਮਰਿਆਦਾ ਦੇ ਖਿਲਾਫ ਆ, ਉਹਨੂੰ ਜੂਸ ਪਿਲਾਤਾ ਉੱਥੇ ਉਹਦਾ ਜਿਹੜਾ ਸੀਗੀ ਭੁੱਖ ਹੜਤਾਲ। ਸੋਚੀ ਸਮਝੀ ਸਾਜਿਸ਼, ਬਲਕਿ ਉਹ ਤੋੜਤੀ ਔਰ ਉਹ ਅੱਜ ਤੱਕ ਨਹੀਂ ਹੋਈਆਂ। ਉਹੀ ਉਹ ਮਿਸਿੰਗ ਚਾਰਜਸ਼ੀਟ ਸੱਜਣ ਕੁਮਾਰ ਦੀ ਜਿਹਨੂੰ ਡਿਮਾਂਡ ਲੈ ਕੇ ਉੱਥੇ ਬੈਠੇ ਸੀ, ਅੱਜ ਤੱਕ ਆ ਸਰਕਾਰ ਨੂੰ ਸਾਲ ਹੋ ਗਿਆ, ਅਜੇ ਤੱਕ ਉੱਥੇ ਜੀ ਉੱਥੇ ਉਹ ਨਹੀਂ ਫਾਈਲ ਹੋਈ। ਸੋ ਇੱਕ ਨਾਲ ਜਿਸ ਦਿਨ ਅਕਾਲੀਆਂ ਦਾ ਅਕਾਲੀਆਂ ਨੂੰ ਹਾਂ, ਮੈਂ ਜੀ ਤੁਹਾਨੂੰ ਗੱਲ ਆਪਣੀ ਡਿਬੇਟ ਹੋ ਗਈ, ਮੈਂ ਉਸ ਦਿਨ ਤੋਂ ਮੈਂ ਇਹਨੂੰ ਕਿਹਾ ਕਿ ਇਹ ਬੰਦੇ ਸੰਸੀਅਰ ਆ, ਇਹ ਬੰਦੇ ਉਸ ਤੋਂ ਮਗਰੋਂ ਇੱਕ ਵਾਰੀ ਮੈਨੂੰ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਪੋਲੀਟਿਕਸ ਜੁਆਇਨ ਕਰੋ, ਇੱਕ ਵਾਰੀ ਨਹੀਂ ਕਿਹਾ ਬਿਲਕੁਲ, ਮੈਂ ਕਿਹਾ ਇਹ ਬੰਦੇ ਸੰਸੀਅਰ ਆ, ਇਹੋ ਜਿਹੇ ਬੰਦੇ ਚਾਹੀਦੇ ਆ। ਜਦੋਂ ਹੁਣ ਲੋਕ ਸਭਾ ਦੇ ਵਿੱਚ ਪਲਾਨ ਕਰ ਰਹੇ ਸੀ, ਇਹਨਾਂ ਨੇ ਕਿਹਾ ਸੀ ਕਿ ਅਸੀਂ ਪਹਿਲਾਂ ਸ਼ੁਰੂ ਦੇ ਵਿੱਚ ਕਿ ਅਸੀਂ ਕੁਛ ਸਟੇਟ ਦੇ ਵਿੱਚ ਇਲੈਕਸ਼ਨ ਲੜਾਂਗੇ, ਹਰਿਆਣੇ 'ਚ ਲੜਾਂਗੇ, ਮਹਾਰਾਸ਼ਟਰ ਲੜਾਂਗੇ, ਦਿੱਲੀ 'ਚ ਲੜਾਂਗੇ ਲੋਕ ਸਭਾ ਦੇ ਇਲੈਕਸ਼ਨ, ਅਤੇ ਮੈਂ ਇਹਨਾਂ 'ਤੇ ਜ਼ੋਰ ਪਾ ਰਿਹਾ ਸੀ ਕਿ ਤੁਸੀਂ ਪੰਜਾਬ 'ਚ ਲੜੋ, ਅਤੇ ਉਹ ਇਹ ਕਹਿੰਦੇ ਜੀ ਪੰਜਾਬ ਦੇ ਵਿੱਚ ਸਾਨੂੰ ਕੋਈ ਕੈਂਡੀਡੇਟ ਕੋਈ ਫੇਸ ਨਹੀਂ ਮਿਲ ਰਿਹਾ ਜੀ ਪੰਜਾਬ 'ਚ ਦਿਖਾਉਣ ਵਾਸਤੇ। ਮੈਂ ਕਿਹਾ ਤੁਸੀਂ ਜਰਨੈਲ ਸਿੰਘ ਨੂੰ ਲੈ ਲਓ, ਜਰਨੈਲ ਮੈਂ ਬੜੀ ਦੇਰ ਤੋਂ ਕਹਿ ਰਿਹਾ ਸੀ ਜਰਨੈਲ ਤੂੰ ਚਲਾ ਜਾ ਇਹਨਾਂ ਨਾਲ, ਜਰਨੈਲ ਪਹਿਲਾਂ ਵੀ ਨਾਲ ਹੀ ਸੀ ਇਹਨਾਂ ਦੇ ਭੁੱਖ ਹੜਤਾਲ ਦੇ ਵੇਲੇ ਵੀ, ਅਤੇ ਮੈਂ ਕਿਹਾ ਸ਼ਸ਼ੀਕਾਂਤ ਨੂੰ ਲੈ ਲਓ, ਮੈਂ ਇਹਨਾਂ ਨੂੰ ਉਹ ਕਹਿ ਰਿਹਾ ਸੀ।
ਉਹ ਵੀ ਗੱਲ ਸਮਝ ਨਹੀਂ ਬਣੀ ਜਦੋਂ ਨਹੀਂ ਬਣੀ ਨਾ ਅਖੀਰ ਦਿੱਤੇ ਜਾ ਕੇ ਮੈਨੂੰ ਪ੍ਰਸ਼ਾਂਤ ਨੇ ਕਿਹਾ ਕਿ ਵਾਈ ਡੋਂਟ ਯੂ ਥਿੰਕ ਆਫ ਕਮਿੰਗ ਬਲਕਿ ਮੈਂ ਨਹੀਂ ਸੀ ਇਹ ਚਾਹੁੰਦਾ ਕਿਉਂਕਿ ਮੈਨੂੰ ਸਭ ਤੋਂ ਬੜੀ ਗੱਲ ਜੋ ਮੈਂ ਦੱਸਾਂ ਮੈਨੂੰ ਇਹ ਸੀ ਕਿ ਜੋ ਮੈਂ ਪੋਲੀਟਿਕਸ ਜੁਆਇਨ ਕਰ ਲਈ ਨਾ ਜਦੋਂ ਉਸ ਤੋਂ ਬਾਅਦ ਮੈਂ 84 ਦੇ ਕੇਸਾਂ ਦੀ ਗੱਲ ਕਰਾਂਗਾ ਇਹ ਕਰਾਂਗੇ ਤੂੰ ਤਾਂ ਪੋਲੀਟੀਸ਼ੀਅਨ ਆ ਪੋਲੀਟਿਕਸ ਕਰਕੇ 84 ਦੀ ਗੱਲ ਇਹ ਗੱਲ ਕਰ ਰਿਹਾ ਤੂੰ ਤਾਂ ਜਾਂ ਦੂਜੀਆਂ ਪਾਰਟੀਆਂ ਨੂੰ ਕ੍ਰਿਟੀਸਾਈਜ਼ ਕਰ ਰਿਹਾ ਮੈਂ ਇਸ ਕਰਕੇ ਨਹੀਂ ਪਰ ਜਦੋਂ ਇਹ ਗੱਲ ਹੋਈ ਇਹ ਮੈਂ ਲਿਟਰਲੀ ਮੈਂ ਤੁਹਾਨੂੰ ਦੱਸਦਾ ਮੈਂ ਆਪਣੇ ਘਰ ਦੇ ਮੇਰੀ ਬੇਟੀ ਨੂੰ ਅਤੇ ਵਾਈਫ ਨੂੰ ਬਿਠਾ ਕੇ ਮੈਂ ਇਹ ਗੱਲ ਕਹੀ ਮੈਂ ਕਿਹਾ ਹੁਣ ਇੱਕ ਗੱਲ ਸੋਚ ਲਓ ਕਿ ਇਹ ਜਿਹੜਾ ਰੁਤਬਾ ਨਾ ਇਹ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਦਾ ਇਹ ਸਟੇਟਸ ਮੈਂ ਕਿਹਾ ਕੁਛ ਨਹੀਂ ਰਹਿਣਾ ਇਸ ਪਾਰਟੀ 'ਚ ਜਾ ਕੇ ਤਾਂ ਸੰਨਿਆਸ ਵਾਲੀ ਗੱਲ ਆ ਔਰ ਤਾਂ ਐਮ ਪੀ ਬਣਨ ਤੋਂ ਬਾਅਦ ਵੀ ਇੱਥੇ ਇਹਨਾਂ ਨੇ ਕਿਹਾ ਜੀ ਨਾ ਅਸੀਂ ਵੱਡੇ ਬੰਗਲੇ ਦਾ ਕੁਛ ਮੈਂ ਕਿਹਾ ਇਹ ਤਾਂ ਸੰਨਿਆਸ ਵਾਲੀ ਗੱਲ ਆ ਅਤੇ ਜੇ ਕਰਨ ਨੂੰ ਤਿਆਰ ਆ ਤਾਂ ਆਪਾਂ ਕਰੀਏ ਜੀ ਮੈਨੂੰ ਉਸ ਹਾਲਤ ਦੇ ਵਿੱਚ ਆ ਕੇ ਪਾਰਟੀ ਜੁਆਇਨ ਕਰਨੀ ਪਈ ਕਿਉਂਕਿ ਪੰਜਾਬ ਨੂੰ ਇਹ ਟੋਪ ਪ੍ਰਾਇਓਰਟੀ ਨਹੀਂ ਸੀ ਲੈ ਰਹੇ ਔਰ ਜਦੋਂ ਮੈਂ ਜੁਆਇਨ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਦੇ ਵਿੱਚ ਮੂਵਮੈਂਟ ਖੜੀ ਹੋਈ ਅਤੇ ਫਿਰ ਇਹਨਾਂ ਪੰਜਾਬ ਨੂੰ ਟੋਪ ਪ੍ਰਾਇਓਰਟੀ 'ਤੇ ਲਿਆ ਹੁਣ ਆਪ ਜੀ ਨੇ ਜੁਆਇਨ ਕਰ ਲਈ ਪੋਲੀਟਿਕਸ ਕਿ ਆਪ ਜੀ ਨੂੰ ਮਨ 'ਚ ਪਤਾ ਐਨ ਕਲੈਰਿਟੀ ਹੋ ਗਈ ਕਿ ਕਿਹੜੀ ਆਮ ਆਦਮੀ ਪਾਰਟੀ ਕੇਜਰੀਵਾਲ ਇੱਕ ਬੜੀ ਬਹੁਤ ਹੀ ਨਾਈਸ ਪਰਸਨ ਆ ਇਮਾਨਦਾਰ ਆ ਹਾਲੇ ਤੱਕ ਜੋ ਵੀ ਕੰਮ ਕੀਤਾ ਜੇ ਹੁਣ ਤੱਕ ਗੱਲ ਕਰੀਏ ਤਾਂ ਸਿੱਖੀ ਹਿੱਤਾਂ ਦੀ ਕਾਫੀ ਗੱਲ ਕਰ ਰਹੇ ਨੇ 84 ਨੂੰ ਕਾਫੀ ਲੈ ਕੇ ਉਹ ਬਿਆਨ ਵੀ ਦਿੰਦੇ ਨੇ ਵਰਕ ਵੀ ਕਰ ਰਹੇ ਨੇ ਪਰ ਨਾਲ ਲੁਧਿਆਣੇ ਤੋਂ ਸੀਟ ਲੜਨਾ ਫੁਲਕਾ ਸਾਹਿਬ ਦਾ ਬਈ ਲੁਧਿਆਣੇ ਜਾਂ ਆਪ ਜੀ ਨੂੰ ਸੀਟ ਮਿਲੀ ਉਹਦੇ ਬਾਰੇ ਮੈਂ ਚਾਹੁੰਦਾ ਕਿਉਂਕਿ ਸੰਗਤਾਂ ਨੂੰ ਆਪਣੇ ਕੋਲ ਟਾਈਮ ਵੀ ਹੈਗਾ ਪਰ ਇੱਕ ਇੱਕ ਪੁਆਇੰਟ ਜਿਹੜੇ ਸਾਡੇ ਮਨ ਦੇ ਸੰਗਤਾਂ ਦੇ ਜਿਹੜੇ ਉਹ ਜ਼ਰੂਰ ਆਪ ਜੀ ਨੂੰ ਅਸੀਂ ਚਾਹੁੰਦੇ ਕਿ ਆਂਸਰ ਕਰੋ ਬਈ ਲੁਧਿਆਣੇ 'ਚ ਕਿੱਦਾਂ ਪਹੁੰਚਦੇ ਫੁਲਕਾ ਸਾਹਿਬ ਮੈਂ ਦੇਖੋ ਪਹਿਲਾਂ ਤਾਂ ਪਾਰਟੀ ਨੂੰ ਕਿਹਾ ਸੀ ਕਿ ਮੈਂ ਪੰਜਾਬ ਦੇ ਵਿੱਚ ਹੀ ਕੰਮ ਕਰਨਾ ਜੀ ਕਿਉਂਕਿ ਮੈਂ ਚਾਹੁੰਦਾ ਕਿ ਪੰਜਾਬ ਨੂੰ ਬਦਲੀਏ ਜੀ ਔਰ ਮੈਂ ਇਹਨਾਂ ਨੂੰ ਇਹ ਕਿਹਾ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਾਂਗਾ ਮੈਂ ਕੰਪੇਨ ਕਰਾਂਗਾ ਕੰਪੇਨ ਕਰ ਪਰ ਇਹ ਕਹਿੰਦੇ ਸਾਨੂੰ ਕੈਂਡੀਡੇਟ ਵੀ ਚਾਹੀਦੇ ਆ ਅਤੇ ਤੁਸੀਂ ਕੋਈ ਵੀ ਸੀਟ ਚੂਜ਼ ਕਰ ਲਓ ਅੱਛਾ ਜੀ ਅਤੇ ਉਹ ਜਦੋਂ ਸੀਟ ਚੂਜ਼ ਕਰਨੀ ਸੀ ਅਤੇ ਉਹਦੇ ਵਿੱਚ ਕਿਉਂਕਿ ਲੁਧਿਆਣੇ ਮੈਂ ਪੜ੍ਹਦਾ ਰਿਹਾ ਲੁਧਿਆਣੇ 'ਚ ਮੈਂ ਗ੍ਰੈਜੂਏਸ਼ਨ ਕੀਤੀ ਮੇਰੇ ਬੜੇ ਦੋਸਤ ਪੁਰਾਣੇ ਲੁਧਿਆਣੇ ਸੀ ਜੀ ਓਨ ਆਪਸ਼ਨ ਸੀਗੀ ਜਾਂ ਸੰਗਰੂਰ ਜਾਂ ਮੇਰਾ ਪਿੰਡ ਜੀ ਉਹ ਇਲਾਕਾ ਅਤੇ ਜਾਂ ਲੁਧਿਆਣਾ ਮੈਂ ਇਹ ਇਹਦੇ 'ਚ ਆਪਸ਼ਨ ਸੀ ਉਹਦੇ ਥੋੜ੍ਹੀ ਜਿਹੀ ਮੇਰੀ ਕੈਲਕੂਲੇਸ਼ਨ ਗਲਤ ਰਹਿ ਗਈ ਮੈਂ ਕਿਹਾ ਅਰਬਨ ਪਾਰਟੀ ਆ ਅਰਬਨ ਪਾਰਟੀ ਆ ਇੱਥੇ ਅਰਬਨ ਅਤੇ ਰੂਰਲ ਦੋਨੇ ਮਿਕਸ ਆ ਤਕਰੀਬਨ ਫੁਲਕਾ ਸਾਹਿਬ ਜਿਹੜੀ ਇੱਕ ਫੇਸ ਸੀਗਾ ਸਿੱਖਾਂ ਦੇ ਹਿੱਤ ਦਾ ਜੋ ਸਿੱਖਾਂ ਲਈ ਫਾਈਟ ਕੀਤੀ 84 ਦੇ ਹਲੇ ਤੱਕ ਆਪ ਜੀ ਫਾਈਟ ਕਰਦੇ ਹੋ ਮਤਲਬ ਕਿ ਆਪ ਜੀ ਨੇ ਸੋਚਿਆ ਸੀ ਪਹਿਲਾਂ ਇਸ ਗੱਲ ਦਾ ਕਿ ਮੂਹਰੇ ਦੂਜੀਆਂ ਜਿਹੜੀਆਂ ਪਾਰਟੀਆਂ ਜਿਹੜੇ ਕੈਂਡੀਡੇਟ ਦੂਜੇ ਨੇ ਅਕਾਲੀਆਂ ਦੇ ਤਾਂ ਭਾਜਪਾ ਦੇ ਜਾਂ ਕਾਂਗਰਸ ਦੇ ਜਿਹੜੇ ਆ ਉਹ ਵੱਡੇ ਲੀਡਰ ਨੇ ਮੈਨੂੰ ਪਾਰਟੀ ਨੇ ਲੁਧਿਆਣਾ ਅਲਾਓ ਤਾਂ ਕੀਤਾ ਸੀ ਜੀ ਕਿਉਂਕਿ ਪਾਰਟੀ ਇਸ ਤੋਂ ਤੁਹਾਨੂੰ ਪਤਾ ਕੇਜਰੀਵਾਲ ਨੇ ਕਿਹਾ ਮੈਂ ਸ਼ੀਲਾ ਦੀਕਸ਼ਿਤ ਦੇ ਅਗੇਂਸਟ ਲੜੂੰਗਾ ਜਿੱਥੇ ਚੱਲ ਤੂੰ ਕਰਾਂ ਮੈਂ ਉੱਥੇ ਲੜਨੀ ਇਹੀ ਜੀ ਪਾਰਟੀ ਅੱਛਾ ਜੀ ਇਹ ਪਾਰਟੀ 'ਚ ਕੋਈ ਲੀਡਰ ਸੌਖੀ ਸੀਟ ਲੱਭੇ ਨਾ ਉਹ ਲੀਡਰ ਨੂੰ ਇਹ ਡੰਪ ਕਰ ਦਿੰਦੇ ਆ ਚੈਲੰਜ ਵਾਲਾ ਜਿਹੜਾ ਇਹ ਪਾਰਟੀ 'ਚ ਐਸਾ ਜਿਹੜਾ ਲੀਡਰ ਚੈਲੰਜ ਕਰਦਾ ਉਹੀ ਉਹ ਲੀਡਰ ਹੋਵੇ ਉਹੀ ਲੀਡਰ ਮੈਨੂੰ ਇਹਨਾਂ ਨੇ ਪਾਰਟੀ ਨੇ ਲੁਧਿਆਣਾ ਤਾਂ ਕਿਹਾ ਸੀ ਕਿਉਂਕਿ ਉੱਥੋਂ ਇਹ ਆਈ ਬੀ ਮਿਨਿਸਟਰ ਮਨੀਸ਼ ਤਿਵਾੜੀ ਜੀ ਇਨਫੋਰਮੇਸ਼ਨ ਬ੍ਰੋਡਕਾਸਟਿੰਗ ਮਿਨਿਸਟਰ ਮਨੀਸ਼ ਤਿਵਾੜੀ ਜਿਹਨੇ ਅੰਨਾ ਹਜ਼ਾਰੇ ਦੇ ਅਗੇਂਸਟ ਬਹੁਤ ਬੋਲਿਆ ਸੀ ਜੀ ਇਹਨਾਂ ਨੇ ਕਿਹਾ ਸੀ ਕਿ ਇੱਥੇ ਇਹਨੂੰ ਫੜਾ ਇਸ ਕਰਕੇ ਮੈਂ ਬਲਕਿ ਉਹ ਇੱਕ ਔਖੀ ਸੀਟ ਲੈ ਕੇ ਆਇਆ ਸੀ ਮੈਂ ਆਪ ਜੀ ਨੂੰ ਪਤਾ ਸੀ ਇਹਦਾ ਪੂਰਾ ਪਹਿਲਾਂ ਇਹਦਾ ਵੀ ਪਤਾ ਸੀ ਮੈਂ ਸਭ ਭਰਾਵਾਂ ਦਾ ਪਤਾ ਸਾਰਾ ਪਤਾ ਸੀ ਪਰ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਕਿ ਚੈਲੰਜ ਐਕਸੈਪਟ ਮੈਂ ਕਿਹਾ ਅਸਲੀ ਮੈਂ ਤੁਹਾਨੂੰ ਅਸਲੀ ਖਾਲਸਿਆਂ ਵਾਲਾ ਕੰਮ ਖਾਲਸਿਆਂ ਉਹ ਖਾਲਸਿਆਂ ਆਪਣੇ ਤਾਂ ਹੁਣ ਆਪਣੇ ਤੋਂ ਖਾਲਸੇ ਕਹਾਣ ਵਾਲੇ ਖਾਤੀ ਖਾਲਸੇ ਆ ਕਿ ਸੌਖਾ ਕੰਮ ਲੱਭ ਕੇ ਜਾਓ ਅਸਲੀ ਤਾਂ ਇੱਥੇ ਕੰਮ ਔਖਾ ਕੰਮ ਲੱਭ ਕੇ ਜਾਓ ਜਿੱਥੇ ਹਾਂ ਆਪਣੀ ਪਹਿਚਾਣ ਬਣਾਉਣਾ ਉਹ ਚੈਲੰਜ ਕਰਕੇ ਚੈਲੰਜ ਸੀਗਾ ਇਹ ਜੀ ਉੱਥੇ ਆਪ ਜੀ ਨੂੰ ਚਲੋ ਕੋਈ ਗੱਲ ਨਹੀਂ ਮਾਰੇ ਚਲੋ ਪਰਸਨ ਥੋੜ੍ਹੀ ਜਿਹੀ ਰਹਿ ਗਈ ਸਾਰੇ 19,000 ਵੋਟਾਂ ਰਹਿ ਗਈਆਂ ਟੋਟਲ ਵੋਟ ਕਿੰਨੀ ਸੀ ਉੱਥੇ ਟੋਟਲ ਵੋਟ ਉੱਥੇ ਜਿਹੜੀ ਪੋਲ ਹੋਈ ਆ 11,00,000 ਸਮਥਿੰਗ ਹੋਈ ਆ ਅੱਛਾ ਜੀ ਉਹਦੇ 'ਚੋਂ ਸਿਰਫ 19,000 ਵੋਟਾਂ ਦਾ ਮਾਰਜਨ ਹੈ ਸਾਰਾ ਕੋਈ ਨਹੀਂ 2000 ਹੁਣ ਇਹ ਤੋਂ ਬਾਅਦ ਆਪਾਂ ਜਿਹੜਾ ਇੱਕ ਪੱਖ ਹੋਰ ਆ ਫਿਰ ਉਹ ਤੋਂ ਬਾਅਦ ਆਪਾਂ 2017 'ਤੇ ਚੱਲਾਂਗੇ ਇੱਕ ਜਿਹੜਾ ਇਸ ਟਾਈਮ ਦੋ ਮੁੱਦੇ ਜਿਹੜੇ ਆਪਣੇ ਕੋਲ ਹੈਗੇ ਨੇ ਇੱਕ ਪਾਸੇ ਬਾਪੂ ਸੂਰਤ ਸਿੰਘ ਖਾਲਸਾ ਜੀ ਬੈਠੇ ਭੁੱਖ ਹੜਤਾਲ 'ਤੇ ਅੱਜ 152 ਦਿਨ ਹੋ ਗਏ ਨੇ ਉਹਨਾਂ ਨੂੰ ਅਤੇ ਨਾਲ ਜੋ ਅੱਜ ਉਹਨਾਂ ਦੀ ਭੁੱਖ ਹੜਤਾਲ ਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਲੋਕ ਜਾਗਰਤ ਇੱਕ ਉਹ ਅਤੇ ਦੂਜਾ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਦਿੱਲੀ ਤੋਂ ਪੰਜਾਬ ਸ਼ਿਫਟ ਕਰਨਾ
मैं चाहना कि आप जी थोड़ा जहाँ चानना पाओ कि हले असी आम आदमी पार्टी सपोर्ट कर दी इस चीज़ की, आम आदमी सपोर्ट कर दी तो 2 साल पहला भी ये ऑर्डर हो चुके सी, बादल ने उदों नहीं इन्हों एंटर होन दिता, बादल हुण क्यों एक्सैप्ट करता दविंद्रपाल सिंह भुल्लर नूं पंजाब दे विच, एक सवाल बनिया होया साडे मनां दे विच। मैं चाहना कि आप जी इहनूं एन क्लीयर जिहड़ा कलैरिटी दे नाल दर्शकां नूं दसो। पहला तो मैं जो सिख प्रेजिडेंट वाली आप गल करते हैं ना जी, जरा उदे ते मैं कलैरिटी करा। देखो जदों आपां कहीदा ना कि वह सज़ा भुगत पूरी कर चुके हैं बई और फिर भी उन्होंने छड्डिया नहीं जा रहा, उहदे विच जो इंडिया का कानून है, इंडिया के कानून के मुताबिक उम्र कैद का मतलब उम्र कैद सारी उम्र होंगी है, पर संविधान ये कॉन्स्टिट्यूशन एक हक दिता किसी भी कैदी को कि 14 उम्र जो उम्र कैदी आ 14 साल पूरे करन तो बाद उहदा केस बोर्ड रिमिशन बोर्ड हुंदा, उहदा केस बोर्ड दे अगे लगे और बोर्ड डिसाइड करे कि इहनू इहदी बाकी दी सज़ा माफ़ करके इहनू छड्डिया जाए, और उहदे विच उहदा हक बनता अगर कोई खास वजह तो उहनू रखा जाए नहीं तो उहनू छड्ड दिता जाए। अच्छा हुण इसे दे विच होना जिहड़ा पिंकी सीगा जी जिहड़ा उहनां दा हां उहनू 7 साल बाद ही छड्ड दिता, वह भी उसे जो उसे बोर्ड के केस लगा के बिल्कुल गलत झूठा जो 7 साल छड़िया अपने जो सिख प्रेसिडेंट ने उन्होंने यह आ कि जो 14 साल 20 साल भी पूरे कर गए तो भी उन्होंने हूँ बोर्ड के केस ला के क्यों नहीं छड़िया जा रहा, अगर पिंकी वर्ग छड़े जा सकते क्यों नहीं कैट छड़िया जा सकता। मैं और गल अच्छा असली गल उ पर बल्कि यह नहीं कि वो अपने आप छड़ जाने जो केस जो सेंटेंस रिमिट होएगी रिमिशन होएगी बोर्ड पास करेगा उस तो बाद ही कानून के मुताबिक ही है। अच्छा उहदे विच एक ना देखो हुण तुसीं कह रहे हो कि पंजाब के लोग क्यों नहीं उठ रहे जी, उहदे ते वजह 2-3 ने जी, एक वजह तो जिवें पहला भाई गुरबख्त सिंह होरां दा जी उदों बड़ा उठिया सी, दूजी गल इहदे च ना हुण ज़्यादातर लोगों नूं इस चीज़ का पता है कि इहदे विच कानूनी नुकता है जी, वो तमिलनाडु की सरकार ने ना 2014 के राजीव गांधी के कातलों को छड़ता सी जी, सेंट्रल सरकार उदों इत्थे आई सी सुप्रीम कोर्ट के छड्या क्यों सुप्रीम कोर्ट ने जुलाई 2014 में ऑर्डर पास करता कि असी इत्थे फैसला करांगे, उन्नी देर कोई भी सरकार किसी उम्र कैदी नूं छड़ नहीं सकती। अच्छा जी वो जदों भाई गुरबख्श सिंह ने रखी उदों सब लोगों ने जोर पाया पंजाब सरकार से भी तुसीं एप्लीके मैं भी कई स्टेटमेंट दित्तियां कि पंजाब सरकार क्यों नहीं सुप्रीम कोर्ट एप्लीकेशन फाइल करती, तो पंजाब सरकार ने सुप्रीम कोर्ट एप्लीकेशन फाइल करती, एप्लीकेशन तो फाइल करती पर उन्होंने प्रस्यू नहीं किया अजे उत्थे जो उत्थे पई है, मतलब पॉलिटिक्स दे जिन्नी देर सुप्रीम कोर्ट वो अपने पिछले ऑर्डर नूं क्लैरीफाई नहीं करती उन्नी देर तक ये नहीं हो सकता, यह है फैक्चुअल पोजिशन जो असली फैक्ट आई गल। अच्छा नंबर 1 हूँ नंबर 2 जी भुल्लर की गल की, देखो पहली गल तो जो दविंद्रपाल सिंह भुल्लर की सजाई गलत सजाई गलत मुख्य दोषी से दया सिंह लाहौरिया भुल्लर के खिलाफ की सी कि भुल्लर ने जाके समान दया सिंह लाहौरिया ने दिता जी और दया सिंह लाहौरिया ने बंब रखिया, दया सिंह लाहौरिया ने तो छड़ता हले भी उन्हें बंब रखता इसे करके जो सुप्रीम कोर्ट के 3 जज से तिना जजा चो जो सीनियर मोस्ट जज से एम बी शाह उसने इन बरी करता उन्हें बरी किया, और जो दूजे 2 जज से मेजोरिटी उन्होंने कहा कि नहीं इसकी कन्फेशन स्टेटमेंट है पिछली बार केजरीवाल की सरकार सी तो उदो केजरीवाल की सरकार ने एफिडेविट सुप्रीम कोर्ट फाइल किया कि फांसी की सजा माफ होनी चाहिए है और करके फांसी सजा माफ होगी जी, हुण फांसी सजा माफ होके यह हुण जिहड़ी गल कही आ 2009 दे विच पहला गल चली सी इन्हों भुल्लर जी को पंजाब शिफ्ट करने की, उदो पंजाब सरकार ने कहा कि पंजाब बड़ा उच्च कोटी का आतंकवादी आ, यह पंजाब सरकार पंजाब की जेल में आ गया तो पता नहीं पंजाब कि आतंकवाद फैला दूगा जी, उन्होंने हाँ इस करके उदो पंजाब शिफ्ट नहीं हुई, अगर वो पंजाब शिफ्ट हो जाते तो शायद इन्हों की मानसिक हालत इन्नी बुरी ना होंगी।
ਇਸ ਟਾਈਮ ਬਹੁਤ ਕਾਫੀ ਇਸ ਟਾਈਮ ਬਹੁਤ ਮਾਨਸਿਕ ਹਾਲਤ ਬੜੀ ਖਰਾਬ ਹੈ। ਹਾਂਜੀ ਪਰ ਇੱਕ ਇੱਕ ਫੁਲਕਾ ਸਾਹਿਬ ਇਹ ਵੀ ਕੁਐਸਚਨ ਆ ਵੀ ਦੂਜੇ ਪਾਸੇ ਚਲੋ ਰਾਜ ਸੀ ਸਿੱਖ ਕੈਦੀ ਆ ਜੇ ਉਹਨਾਂ ਨੂੰ ਆਪਣਾ ਸਜ਼ਾ ਮਾਫ ਹੋਣ ਤੋਂ ਬਾਅਦ ਉਹਨਾਂ ਨੂੰ ਅਪਲਾਈ ਕਰਨਾ ਪੈਂਦਾ ਅਤੇ ਦੂਜੇ ਪਾਸੇ ਜਿਸ ਇਨਸਾਨ ਨੂੰ ਦਵਿੰਦਰਪਾਲ ਸਿੰਘ ਭੁੱਲਰ ਦਾ ਕੋਈ ਜੁਰਮ ਹਾਲੇ ਤੱਕ ਸਾਬਤ ਨਹੀਂ ਹੋ ਸਕਿਆ ਉੱਥੇ ਇਨਸਾਫ ਕਰਨ ਵਾਲੇ ਜਿਹੜੇ ਆ ਉਹ ਸਹੀ ਨਹੀਂ ਹੋਣਗੇ, ਉਹ ਜਸਟਿਸ ਪੂਰਾ ਨਹੀਂ ਕਰਨਗੇ ਅਤੇ ਸਿੱਖਾਂ ਨੂੰ ਨਾ ਤਾਂ ਸਾਨੂੰ 84 ਦਾ ਇਨਸਾਫ ਮਿਲ ਸਕਦਾ ਅਤੇ ਨਾ ਸਾਨੂੰ ਜੋ ਸਾਡੇ ਰਾਜ ਸੀ ਸਿੱਖ ਕੈਦੀ ਆ ਜੇਲ੍ਹਾਂ ਵਿੱਚ ਉਹਨਾਂ ਨੂੰ ਇਨਸਾਫ ਮਿਲ ਸਕਦਾ। ਕਿਉਂਕਿ ਜੇ ਉਹ ਇਨਸਾਫ ਸਹੀ ਕਰਦੇ ਜਗਦੀਸ਼ ਟਾਈਟਲਰ ਅਤੇ ਜਿਹੜੇ ਇਹ ਸੱਜਣ ਕੁਮਾਰ ਵਰਗੇ ਬੰਦੇ ਉਹ ਜਿਹੜੇ ਮੁੱਖ ਦੋਸ਼ੀ ਸੀ ਉਹ ਹਾਲੇ ਵੀ ਬਾਹਰ ਫਿਰਦੇ ਨੇ, ਉਹ ਉਵੇਂ ਹੀ ਸਰਕਾਰ ਦੇ ਵਿੱਚ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਵੀ ਦਿੱਤੇ ਜਾਂਦੇ ਨੇ ਅਤੇ ਇਸ ਕਰਕੇ 50-50 ਸਿਕਿਉਰਿਟੀ ਗਾਰਡ ਦਿੱਤੇ ਜਾਂਦੇ ਆ, ਵੱਡੇ ਵੱਡੇ ਬੰਗਲੇ ਦਿੱਤੇ ਜਾਂਦੇ ਆ ਬੰਗਲੇ। ਸੋ ਪਲੈਨਿੰਗ ਇਹ ਉੱਥੇ ਜਿਹੜੀ ਉਹਨਾਂ ਦੀ ਪ੍ਰੋਪਰ ਪਲੈਨਿੰਗ ਦੇ ਨਾਲ ਉਹਨੀ ਕੰਮ ਕੀਤਾ ਗਿਆ ਅਤੇ ਉਹਨਾਂ ਨੂੰ ਸਪੋਰਟ ਕੀਤੀ ਗਈ ਅਤੇ ਜਿਨ੍ਹਾਂ ਦੇ ਨਾਲ ਧੱਕਾ ਆਇਆ ਉਹ ਹਾਲੇ ਤੱਕ ਵੀ ਰੁਲਦੇ ਫਿਰਦੇ ਨੇ, ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਜਾਂ ਜੇਲ੍ਹਾਂ 'ਚ ਹਾਲੇ ਤੱਕ ਸਿੱਖ ਦਿੱਤੇ ਉਹਨੇ, ਕਿਉਂਕਿ ਸਿੱਖਾਂ ਦੇ ਮਨ ਵਿੱਚ ਰੋਸ ਜ਼ਿਆਦਾ ਹੈਗਾ ਪੰਜਾਬ ਖਾਸ ਕਰਕੇ ਇੰਡੀਆ ਗੌਰਮੈਂਟ ਲਈ। ਚਲੋ ਇਹ ਗੱਲ ਅਗਲਾ ਆਪਾਂ ਚੱਲਦੇ ਹਾਂ ਜੀ। ਹੁਣ ਆਪ ਜੀ ਨੂੰ ਪਤਾ ਵੀ ਇਹ 2017 ਦੇ ਜਿਹੜੇ ਇਲੈਕਸ਼ਨ ਆ ਰਹੇ ਨੇ ਪੰਜਾਬ ਦੇ ਵਿੱਚ, ਜੇ ਸਿੱਖ ਹਿੱਤਾਂ ਦੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਲੈਕਸ਼ਨ ਲਈ ਆਪ ਜੀ ਉੱਤਰ ਦਿਓ 15 ਹੋ ਗਿਆ ਸਾਲ ਤਾਂ ਇੱਕੋ ਹੀ ਆ ਮੋਹਰਲਾ ਹੀ ਆਪਾਂ ਜੇ 2017 ਤੱਕ ਆਪਣੇ ਕੋਲ ਸਾਲ ਮੋਹਰਲਾ ਤਾਂ ਆਪ ਜੀ ਨੂੰ ਪਤਾ ਕਿ ਮੋਹਰੇ ਦੋ ਵੱਡੀਆਂ ਧਿਰਾਂ ਨੇ ਅਕਾਲੀ ਅਤੇ ਕਾਂਗਰਸ ਪਾਰਟੀਆਂ, ਦੋ ਪਾਰਟੀਆਂ ਨੇ ਵੱਡੀਆਂ ਜਿਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਨੇ ਆਪਣੀ ਟੱਕਰ ਹੋਣੀ ਆ ਅਤੇ ਆਮ ਆਦਮੀ ਪਾਰਟੀ ਆ ਜਿਹੜੀ ਵੀ ਇਸ ਸਾਲ ਪੰਜਾਬ ਦੇ ਵਿੱਚ ਕਿਸੇ ਹੱਦ ਤੱਕ ਉਹ ਇਲੈਕਸ਼ਨ ਲੜਨਗੇ, ਫੁੱਲ ਸੀਟਾਂ 'ਤੇ ਲੜਨਗੇ ਜਾਂ ਕੁਛ ਸੀਟਾਂ 'ਤੇ ਲੜਨਗੇ, ਆਮ ਆਦਮੀ ਪਾਰਟੀ ਦਾ ਕੀ ਪਲਾਨ ਆ? ਪੂਰੀਆਂ ਸੀਟਾਂ 'ਤੇ 117 ਪੂਰੀਆਂ 117 'ਤੇ ਲੜਨਗੇ। ਸੋ ਆਹ ਜਿਹੜੀਆਂ 117 ਸੀਟਾਂ 'ਤੇ ਆਪ ਜੀ ਇਲੈਕਸ਼ਨ ਲੜਨਗੇ ਤਾਂ ਮੁੱਦੇ ਕਿਹੜੇ ਕਿਹੜੇ ਹੋਣਗੇ? ਮੈਂ ਚਾਹੁੰਦਾ ਕਿ ਸਿੱਖ ਹਿੱਤਾਂ ਦੇ ਮੁੱਦੇ ਕਿਹੜੇ ਹੋਣਗੇ ਜੇ ਆਪ? ਪਹਿਲੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ। ਜੇਕਰ ਆਪਾਂ ਅੱਜ ਤੁਸੀਂ ਕਹਿ ਰਹੇ ਹੋ ਕਿ ਇਨਸਾਫ ਨਹੀਂ ਮਿਲਿਆ, ਇਹਦਾ ਮਤਲਬ ਇਹ ਕਿ ਜਿਹੜੀਆਂ ਸਰਕਾਰਾਂ ਨੇ ਨਾ, ਜਿੰਨੀਆਂ ਵੀ ਸਰਕਾਰਾਂ ਉਹ ਹੁਣ ਤੱਕ ਜਿਹੜੀਆਂ ਸਰਕਾਰਾਂ ਉਹ ਫਿਰਕਾ ਪ੍ਰਸਤੂ ਰਾਜਨੀਤੀ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ, ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਉਹਨਾਂ ਨੇ ਜਾਂ ਤਾਂ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਜਾਂ ਹਿੰਦੂਆਂ ਨੂੰ ਸਿੱਖਾਂ ਨੂੰ ਲੜਾ ਕੇ ਵੋਟਾਂ ਲੈਣੀਆਂ ਜਾਂ ਦਲਿਤਾਂ ਨੂੰ ਅਤੇ ਜੱਟਾਂ ਨੂੰ ਲੜਾ ਕੇ ਵੋਟਾਂ ਲੈਣੀਆਂ, ਇਹੀਆਂ ਨੀਤੀਆਂ ਦੇ ਵਿੱਚ ਜੋ ਵਿਸ਼ਵਾਸ ਰੱਖਦੇ ਹਾਂ। ਇਹ ਕਾਂਗਰਸ ਵੀ ਇਹੀ ਹੋਈ, BJP ਵੀ ਇਹੀ ਹੋਈ, ਇਹਨਾਂ ਦੇ ਇਹ ਹਾਲ ਸੀ। ਪਰ ਇਹ ਆਮ ਆਦਮੀ ਪਾਰਟੀ ਇਹ ਬਿਲਕੁਲ ਨਾ ਤਾਂ ਇਹ ਜਾਤ ਪਾਤ ਵਾਲੀ ਪੋਲੀਟਿਕਸ 'ਚ ਵਿਸ਼ਵਾਸ ਰੱਖਦੀ ਹੈ, ਨਾ ਹੀ ਇਹ ਫਿਰਕਾ ਪ੍ਰਸਤੂ ਧਰਮ ਦੀ ਪੋਲੀਟਿਕਸ 'ਚ ਵਿਸ਼ਵਾਸ ਰੱਖਦੀ ਜੀ। ਔਰ ਜਦੋਂ ਕਿ ਮਤਲਬ ਕਿ ਜਦੋਂ ਸਿੱਖਾਂ ਦਾ ਮੈਂ ਨਹੀਂ ਸੋਚਦਾ ਕਦੇ ਵੀ ਸਿੱਖ ਕਹਿੰਦੇ ਸਾਨੂੰ ਦੂਜਿਆਂ ਨਾਲੋਂ ਜ਼ਿਆਦਾ ਹੱਕ ਦਿਓ, ਅਸੀਂ ਕਹਿੰਦੇ ਜੋ ਸਾਡੇ ਹੱਕ ਬਣਦੇ ਆ ਉਹ ਤਾਂ ਬਣ ਦਿਓ। ਕੋਈ ਵੀ ਜਦੋਂ ਸਰਕਾਰ ਐਸੀ ਆਏਗੀ ਜਿਹੜੀ ਅਸਲੀ ਵਜ੍ਹਾ ਵਿੱਚ ਅਸਲੀ ਮਹਿਨੇ ਦੇ ਵਿੱਚ ਜਿਹੜੀ ਕਿ ਸੈਕੂਲਰ ਸਰਕਾਰ ਹੋਏਗੀ ਔਰ ਜਿਹੜੀ ਲੋਕਾਂ ਦੇ ਹਿੱਤਾਂ 'ਚ ਕੰਮ ਕਰੇਗੀ ਤਾਂ ਜਿੰਨੀਆਂ ਵੀ ਤੁਹਾਡੀਆਂ ਡਿਮਾਂਡ ਨੇ ਸਾਰੀਆਂ ਉਹਦੇ 'ਚ ਆਉਣਗੀਆਂ। ਹੁਣ ਦੇਖੋ ਇਸ ਟਾਈਮ ਹਾਲ ਇਹ ਆ, ਸਿੱਖਾਂ ਦੀ ਸਰਕਾਰ ਆਪਣੇ ਆਪ ਨੂੰ ਕਹਿ ਕੇ ਜਿੰਨਾ ਅੱਤਿਆਚਾਰ ਜੋ ਜ਼ੁਲਮ ਅਕਾਲੀ ਦਲ ਨੇ ਕੀਤਾ ਜੀ, ਮੇਰਾ ਖਿਆਲ ਉਹ ਕਿਸੇ ਦੂਜਿਆਂ ਨੇ ਵੀ ਨਹੀਂ ਕੀਤਾ ਹੋਣਾ ਜੀ। ਜੋ ਸੱਤਿਆਨਾਸ਼ ਜੋ ਪੰਜਾਬ ਦਾ ਇਹਨਾਂ ਨੇ ਕੀਤਾ, ਨਸ਼ਿਆਂ ਦਾ ਲੈ ਲਓ ਤੁਸੀਂ, SGPC ਦਾ ਹਾਲ ਲੈ ਲਓ ਤੁਸੀਂ, ਉਹ ਧਰਮ ਦਾ ਹਾਲ ਲੈ ਲਓ ਤੁਸੀਂ, ਸੰਸਥਾਵਾਂ ਦਾ ਹਾਲ ਲੈ ਲਓ, ਹਰ ਜਗ੍ਹਾ ਦੇ ਉੱਤੇ ਆਪਣੇ ਰਿਸ਼ਤੇਦਾਰ ਬਿਠਾਏ। ਅਕਾਲੀ ਦਲ ਇੱਕ ਦੇਖੋ ਸ਼ਹੀਦਾਂ ਦੀ ਪਾਰਟੀ, ਇੰਨੀ ਪੁਰਾਣੀ ਪਾਰਟੀ ਹੈ ਔਰ ਤਕਰੀਬਨ 100 ਸਾਲ ਤੋਂ ਹੋਣ ਲੱਗੇ, 90 ਤਾਂ ਹੋ ਗਏ, ਉਹ ਪਾਰਟੀ ਉਹ ਅੱਜ ਇੱਕ ਪਰਿਵਾਰਕ ਕਬਜ਼ੇ 'ਚ ਆ ਗਈ ਜੀ, ਉਹਦੇ ਕਬਜ਼ਾ ਕਰਕੇ ਉੱਥੇ ਬੈਠ ਗਏ, ਮਤਲਬ ਕਿ ਇਹ ਜੋ ਹਾਲ ਇਹਦੇ ਨਾਮ 'ਤੇ। ਦੂਜੇ ਪਾਸੇ ਕਾਂਗਰਸ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੇ ਦਿਲੋਂ ਕੋਰ ਕਮਿਊਨਲ, ਪੂਰੇ ਕਮਿਊਨਲ, ਮਤਲਬ ਕਿ ਇਹੀਆਂ ਜਿਹੀਆਂ ਪਾਰਟੀਆਂ ਤੋਂ ਜਦੋਂ ਇੱਕ ਜਦੋਂ ਵੀ ਇੱਥੇ ਜਦੋਂ ਇੱਕ ਸੈਕੂਲਰ ਪਾਰਟੀ ਆਏਗੀ ਔਰ ਜਿਹੜੇ ਕਿ ਬਿਲਕੁਲ ਇਹਦੇ ਵਿੱਚ ਬਿਨਾਂ ਕੋਈ ਵਿਤਕਰਾ ਕਰੇ ਫੈਸਲਾ ਕਰੇਗੀ, ਪਹਿਲੀ ਗੱਲ ਤਾਂ ਅੱਧੀਆਂ ਦਾ ਪ੍ਰੋਬਲਮਾਂ ਸਾਡੀਆਂ ਉੱਥੇ ਹੀ ਸੋਲਵ ਹੋਣਗੀਆਂ ਹੀ ਹੋਣਗੀਆਂ ਜੀ। ਉਹਦੀ ਗੱਲ, ਦੂਜੀ ਗੱਲ ਅਗਲੀ ਜਿਹੜੀ ਤੁਸੀਂ ਲਓ, ਦੇਖੋ ਪੰਜਾਬ ਦੀਆਂ ਜਿਹੜੀਆਂ ਸਮੱਸਿਆ ਇਸ ਟਾਈਮ ਸਭ ਤੋਂ ਬੜੀਆਂ ਨੇ ਜੀ, ਉਹਨਾਂ ਸਮੱਸਿਆ ਨੂੰ ਆਪਾਂ ਦਿੱਲੀ ਦੇ ਵਿੱਚ ਦੇਖ ਕੇ ਲਈਏ ਜੀ। ਇਹ ਸਰਕਾਰ ਜੋ ਦਿੱਲੀ 'ਚ ਕਰ ਰਹੀ ਹੈ,
दिल्ली वालियां प्रॉब्लम ज्यादातर तो पंजाब दी हैं, कुछ के विचों पंजाब दी होर नवीं ने। पहली गल सब तो बड़ी गल जो करप्शन जिनी दिल्ली चा पंजाब चो पंज गुना ज्यादा जी। इस सरकार ने जो केजरीवाल सरकार दिल्ली च आई है इस टाइम लगभग करप्शन तीजा चौथा हिस्सा रह गई है जी। किसी भी तुम अपने रिश्तेदार दिल्ली फोन करके देख लो कि दफ्तर में जाओ जाके वो पहले जो शरेआम पैसे मांगते थे आज तुम ऑफर भी कर दो कहते ना भी बाबा डरते ना कोई कोई नहीं डरता नहीं पंजाब दे नाल जेड़ा और दूजी गल मैं तुम्हें एक होर गल कहा जी। देखो जेड़ा सब तो बड़ी गल जो है ना एडमिनिस्ट्रेटिव सिस्टम पूरा फेल होया जी। एडमिनिस्ट्रेटिव सिस्टम फेल होया जो इतने लीडर बैठे अकाली लीडर बैठे उन्हों की चलनी है दे आर लॉ ऑन टू दमसैल्फ एम एल ए बैठे वो चलनी है लोगों का कोई सिस्टम है ही नहीं बल्कि जिम्मे इतने कहते कोई एम एल एम पी के घर जाने जस्टिस ये आप कर देने तुम कोई इन्हों के घर जाने दफ्तर जाके अपलाई कर दोड़ा काम होंगे ये एडमिनिस्ट्रेटिव सिस्टम को पूरी तरह इन्होंने पैरालाइज किया तबाह किया वा सरकारी ढांचे को इन रिस्टोर करना दिल्ली च काफ़ी हद तक कर दिता जो पंजाब सरकार आएगी इन करा किसी भी किसी ब नागरिक आम नागरिक किसी पोलीटल लीडर के कोल अपना काम कराने की लड़ नहीं पेगी सीधा दफ्तर जाओ एप्लीकेशन दो जिमें इतने जवाब तेजे घर आ जाता ना उमें उ आया करेगा। आम आदमी पार्टी आप जी उन्होंने नाल लिंक हो आम आदमी पार्टी की सब तो बड़ा क्वेश्चन जोड़ा मेरा सिखा का जोड़ा क्वेश्चन हैगा जे आम आदमी पार्टी की सिख सपोर्ट करते ने कि उन्होंने जो साडे राजसी सिख कैदी ने जेलों के भाई जगतार सिंह हवारे होनी उन्होंने साथी सारे कि इन्हों एक दिन ये मुड़ साडे भाई बलवंत सिंह राजोआणा अनेक होर भी ने जोड़े कि असी इस गल नूं लै के चलीए कि आम आदमी पार्टी जिहड़े साडे राजसी सिख कैदी एक हो ते दूजे जिहड़े साडे ये वीर जेलों के विच ने डके हुए ने विदाउट एक धक्के वाली गल है ये आम आदमी पार्टी तो किन्ना एस्पेक्ट कारण कि ये साडी मदद कर सकदा। देखो मैं तुहानूं एक गल दस दवां पहली गल जो मैं तो कोई डिस्क्रिमिनेशन कोई नहीं होएगी जी बल्कि जो वितकरा जो ये करके कर रहे हैं वह जे वितकरे वाली कोई नहीं होगी बाकी हर केस अपने अपने लेवल के उत्ते डिपेंड करता वो चीज़ की होगी पर जो मेन जो वितकरे वाली गल बिल्कुल वो वितकरे वाली कोई गल नहीं होगी और हर एक इक्वली ट्रीट किया जाएगा और जो एक कानून दजिया इन्होंने उड़ाइया बल्कि इस तरह कानून दजिया बिल्कुल नहीं उड़नगियां पूरी की पूरी तरह जो कानूनी तौर के उत्ते काम किया जाएगा इस गल से तुम पूरी की पूरी जो रेस्ट श्योर और इस गल वालों दूजिया जो पंजाब दी सब तो बड़िया प्रॉब्लम ने जी जेड़िया इस टाइम तुम देखे जाओ नशा एक पानी जेड़ा एक किसानगी किसान दा बुरा किसान खेतीबाड़ी दा सारा जेड़ा किसान खुदकुशी कर रहा हाँ। नशा पंजाब च इंडिया ते सब तो वध हाई लेवल ते चल रहा ते पंजाब दी नौजवान जेड़ी पीढ़ी आ वो इस टाइम बहुत ज़्यादा डेंजर 70% जेड़ी आ वो नशे में लगी हुई है क्योंकि जे आप एक पास देखते हैं जे पंजाब संतुष्ट होएगा तो साढ़े नौजवान पीढ़ी चंगी होएगी वो अपनी तरक्की की गल कर सकेगी। पंजाब एक पासे इन्होंने पॉलिटिशियन ने नशे दे विच गरसिया होया दूजे पासे जिहड़े नौजवान आ वह रोजगार तो वेले बैठे बिल्कुल पानी 10 साल तो सरकारी नौकरियां इन्होंने भरिया ही नहीं खेतीबाड़ी पोस्टां खाली पईआं कॉन्ट्रैक्ट ते करके कर रहे 10 साल तो नहीं भरिया किसान खुदकुशी कर रहा सो ये जिहड़े तीन चार मुद्दे ने खास करके पंजाब दे आम आदमी पार्टी इन्हां लई आही चाहुंदे कि आप जी क्योंकि इस टाइम समां तकरीबन लागे आई जा रहा अपना तो ये जड़ा असी चाहते हैं कि आम आदमी पार्टी कॉन्फिडेंस देवे संगत जो कि सिख जिहड़े बाहर वसदे ने पंजाब तो क्योंकि जे असी बाहरों इतों गल चकेंगे तो पंजाब फिर जाने देखो गल ये तुहाडे कोल आ के गल कर दें तो बड़े लोगों बड़ी देर होगी जी और मेरे ख्याल यही सवाल तुम जो अकाली लीडर आते कांग्रसियां उन्होंने भी पूछे होंगे नहीं मैं नहीं कीते कदी मेरा तो बड़ा शुरू कर रहा है तो ने दूजे ने पूछ रहे होंगे वह भी बड़े तसलियां देखे जाते हैं। मैं इतने कहना तुसी दिल्ली दे विच जो किया देख लो जी पंजाब जदों ज़्यादा करांगे दिल्ली दे विच जदों किसानां दा नुकसान होया फसल का नुकसान होया 20,000 रुपया एक 20,000 रुपए एक किले का फसल के नुकसान का दिता सारे हिंदुस्तान च किसी ने दिता पंजाब वाले ने 6,000 रुपए डिक्लेयर किया भी नहीं दिता 2015 भी नहीं दिता हाँ हुणे हुण जिहड़ा सी। अच्छा दूसरी गल इहो जिहड़ी तुसी गल दूजी जिहड़ी कर रहे हो पानी दे पीण दे पानी दी तां बेसिक सब तो पहली चीज़ जिवें दिल्ली दे विच लगभग चौथा हिस्सा दिल्ली का 50 लाख लोगों के कोल पीने का पानी नहीं सी जिवें वह उत्थे सुविधा की है उस तरह उत्थे होएगी उस तरह जिवें दिल्ली दे विच पूरा एडमिनिस्ट्रेटिव सिस्टम बहाल किया सरकारी ढांचा वो उत्थे होएगा
ਇਹ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਉਹ ਦੇਖੋ ਉਹ ਦੇਖ ਲਓ ਮੇਰੀਆਂ ਗੱਲਾਂ 'ਤੇ ਨਾ ਜਾਇਓ ਗੱਲਾਂ ਤਾਂ ਵੱਡੀਆਂ ਵੱਡੀਆਂ ਹਰ 5 ਸਾਲਾਂ ਬਾਅਦ ਕਰਕੇ ਚਲੇ ਜਾਂਦੇ ਆ ਔਰ ਉਦੋਂ ਮਗਰੋਂ ਤੁਹਾਨੂੰ ਤੁਹਾਡੇ 3 ਸਾਲ ਤਾਂ ਤੁਹਾਡੀ ਬਾਤ ਹੀ ਨਹੀਂ ਪੁੱਛਦੇ ਲੁੱਟਣ ਤਾਂ ਨੇੜੇ ਹੀ ਨਹੀਂ ਲੱਗਦੇ ਹੈਂ ਜਿੱਤ ਕੇ ਜਾਣ ਤੋਂ ਮਗਰੋਂ ਦੂਜੇ ਨਾਲ ਆਪਣਾ ਇੱਕ ਲਾਸਟ ਕੁਐਸਚਨ ਮੇਰਾ ਜਿਹੜਾ ਤਾਂ ਆਪ ਜੀ ਤੱਕ ਹੋਊਗਾ ਜੋ ਆਪਾਂ ਹੁਣ ਗੱਲ ਕਰਦੇ ਹਾਂ ਪਿਛਲੇ ਹਫ਼ਤੇ ਦੀ ਆ ਜਸ ਜੀਤ ਸਿੰਘ ਜੰਮੂ 'ਚ ਸ਼ਹੀਦ ਕੀਤਾ ਗਿਆ ਸੰਤ ਜਰਨੈਲ ਸਿੰਘ ਪਿੰਡਰਾਣਾ ਦੇ ਪੋਸਟਰ ਪਾੜੇ ਜਾਂਦੇ ਆ ਸੋ ਜਿਹੜੀ ਗੌਰਮੈਂਟ ਦੀ ਰਿਪੋਰਟ ਉਹ ਕਹਿੰਦੀ ਕਿ ਪਿਛਲੇ 31 ਸਾਲਾਂ ਤੋਂ ਮਨਾਇਆ ਨਹੀਂ ਜਾ ਰਿਹਾ ਸੀ ਕਿ ਉਹ ਜਿਹੜੇ ਉੱਥੇ ਦੀ ਜਿਹੜੇ ਸਿੱਖ ਸੰਗਤ ਆ ਉਹ ਕਹਿੰਦੇ ਕਿ ਹਰੇਕ ਸਾਲ ਅਸੀਂ ਸੰਤ ਜਰਨੈਲ ਸਿੰਘ ਪਿੰਡਰਾਣਾ ਦੇ ਪੋਸਟਰ ਲਾ ਕੇ ਅਸੀਂ ਦਿਨ ਉਹ ਸ਼ਹੀਦੀ ਦਾ ਦਿਨ ਜਿਹੜਾ ਘੱਲੂਘਾਰਾ ਮਨਾਉਂਦੇ ਹਾਂ ਮੀਡੀਆ ਪੰਜਾਬ ਦਾ ਇੰਡੀਆ ਦਾ ਸਿੱਖਾਂ ਦੀ ਗੱਲ ਕਿਉਂ ਨਹੀਂ ਹਮੇਸ਼ਾ ਨੈਗੇਟਿਵ ਪਿਕਚਰ ਕਿਉਂ ਦਿਖਾਉਂਦਾ ਇਹ ਜਿਹੜਾ ਮੇਰਾ ਲਾਸਟ ਕੁਐਸਚਨ ਆਪਣੇ ਦਾ ਦੇਖੋ ਪਹਿਲੀ ਗੱਲ ਤਾਂ ਮੀਡੀਆ ਤਾਂ ਆਮ ਆਦਮੀ ਪਾਰਟੀ ਨੂੰ ਵੀ ਤੁਹਾਨੂੰ ਪਤਾ ਕੀ ਹਾਲ ਹੈ ਸਭ ਤੋਂ ਜ਼ਿਆਦਾ ਜੇ ਵਿਕਟਿਮ ਅੱਜ ਕੱਲ੍ਹ ਆਮ ਮੀਡੀਆ ਦੀ ਹੈ ਤਾਂ ਆਮ ਆਦਮੀ ਪਾਰਟੀ ਆ ਜੋ ਮੀਡੀਆ ਦੇ ਨਾਲ ਹਾਲਤ ਕਰਤਾ ਜੋ ਮੀਡੀਆ ਕਰ ਰਿਹਾ ਅਗਲੀ ਗੱਲ ਇੱਕ ਤੁਸੀਂ ਹੋਰ ਦੇਖ ਲਿਓ ਕਿ ਇਹ ਮੇਰਾ ਖਿਆਲ ਹੈ ਤੁਹਾਨੂੰ ਲੋਕਾਂ ਨੂੰ ਵੀ ਭਲੀ ਭੰਤੀ ਪਤਾ ਕਿ ਜੋ ਜੋ ਇਹ ਪੰਜਾਬ ਦੀ ਸਰਕਾਰ ਇਸ ਟਾਈਮ ਚਾਹੁੰਦੀ ਹੈ ਜੀ ਕਿ ਇਹਨਾਂ ਮੁੱਦਿਆਂ ਨੂੰ ਫਿਰ ਉਠਾਇਆ ਜਾਵੇ ਜੀ ਪੰਜਾਬ ਨੂੰ ਫਿਰ ਇਹ ਕਿਹਾ ਜਾਵੇ ਪੰਜਾਬ ਦੇ ਵਿੱਚ ਤਾਂ ਜੀ ਆਤੰਕਵਾਦ ਫਿਰ ਵਾਪਸ ਆ ਰਿਹਾ ਪੰਜਾਬ 'ਚ ਆ ਰਿਹਾ ਪਤਾ ਨਹੀਂ ਇਹਦੀ ਕੀ ਸਕੀਮ ਆ ਕੀ ਨਹੀਂ ਹੈ ਜਦੋਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿੱਤੀ ਹੈ ਨਾ ਤਾਂ ਇਹ ਇਹਨਾਂ ਨੇ ਇੱਥੇ ਇਹ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਹੁਣ ਇਹ ਕੀ ਸਕੀਮ ਇਹਨਾਂ ਦੀ ਕੀ ਕਰਨਾ ਚਾਹੁੰਦੇ ਨੇ ਕੀ ਨਹੀਂ ਕਰਨਾ ਚਾਹੁੰਦੇ ਇਹ ਤਾਂ ਹੁਣ ਮਤਲਬ ਕਿ ਸਮਝ ਨਹੀਂ ਆ ਰਹੀ ਕਿ ਕੀ ਕਰ ਰਿਹਾ ਪਰ ਇਹਨਾਂ ਦੀ ਸਾਜ਼ਿਸ਼ ਜ਼ਰੂਰ ਆ ਕਿ ਕੋਈ ਨਾ ਕੋਈ ਇਹ ਫਿਰ ਗੱਲਾਂ ਫੈਲਾਓ ਪਤਾ ਨਹੀਂ ਆਤੰਕਵਾਦ ਆ ਗਿਆ ਪਤਾ ਨਹੀਂ ਕੀ ਆ ਗਿਆ ਔਰ ਇਸ ਤਰ੍ਹਾਂ ਕਰਕੇ ਲੋਕਾਂ ਦੇ ਵਿੱਚ ਹਲਚਲ ਪਾਓ ਘਬਰਾਹਟ ਕਹੋ ਕਿਉਂਕਿ ਇਹਨਾਂ ਨੂੰ ਪਤਾ ਅਦਰਵਾਈਜ਼ ਤਾਂ ਇਹਨਾਂ ਦੇ ਨੂੰ ਕਿਸੇ ਨੇ ਵੋਟ ਪਾਣੀ ਨਹੀਂ ਇਹੋ ਜਿਹੇ ਹੱਥਕੰਡੇ ਬੜੇ ਵਰਤਣਗੇ ਔਰ ਇਹਦੇ ਵਿੱਚ ਇਹੋ ਜਿਹੇ ਹੱਥਕੰਡੇ ਬੜੇ ਵਰਤਣਗੇ ਹੁਣੇ ਤੋਂ ਵਰਤਣੇ ਸ਼ੁਰੂ ਕਰਤੇ ਆ ਔਰ ਇਹਦੇ ਲਈ ਸਾਨੂੰ ਸਾਰਿਆਂ ਨੂੰ ਚੁਕੰਨੇ ਰਹਿਣਾ ਚਾਹੀਦਾ ਹੋਰ ਕੋਈ ਤਕਰੀਬਨ ਸਤਸੰਗ ਜੀ ਗੱਲਾਂ ਬਾਤਾਂ ਅਸੀਂ ਕਾਫੀ ਕੀਤੀਆਂ ਅਤੇ ਮੈਂ ਪ੍ਰੋਗਰਾਮ ਜਿਹੜਾ ਤਕਰੀਬਨ ਸਾਡਾ ਹੁਣ ਖਤਮ ਹੋਣ ਵਾਲਾ ਅਤੇ ਇਹ ਪ੍ਰੋਗਰਾਮ ਦਾ ਐਪੀਸੋਡ ਹੈਗਾ ਬੰਨ ਅਤੇ ਦੂਜਾ ਜਿਹੜਾ ਅਸੀਂ ਉਹ ਕਰਾਂਗੇ ਇਹਨਾਂ ਦੇ ਫੁਲਕਾ ਸਾਹਿਬ ਹੋਣਾ ਨੈਕਸਟ ਵੀਕ ਉਹ ਸ਼ਾਇਦ ਸਟੂਡੀਓ 'ਚ ਨਹੀਂ ਹੋਏਗਾ ਤਾਂ ਉਹ ਸ਼ਾਇਦ ਹੋਰ ਕਿਸੇ ਜਗ੍ਹਾ 'ਤੇ ਹੋਏਗਾ ਕਰਾਂਗੇ ਜ਼ਰੂਰ ਕਿ ਗੱਲਾਂ ਬਾਤਾਂ ਹੋਰ ਵੀ ਬਹੁਤ ਨੇ ਅਤੇ ਫੁਲਕਾ ਸਾਹਿਬ ਅਖੀਰ ਦੇ ਵਿੱਚ ਜੇ ਕੋਈ ਆਪ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਆਪਾਂ ਗੱਲਾਂ ਬਾਤਾਂ ਕਾਫੀ ਕੀਤੀਆਂ ਹੁਣ ਅੱਜ ਦੀ ਇੰਟਰਵਿਊ ਜਿਹੜੀ ਕੀਤੀ ਆ ਕਿ ਇਹ ਜਿਹੜੀ ਆਪ ਜੀ ਦੀ ਇੰਟਰਵਿਊ ਆ ਇਹ ਸੰਗਤ ਟੈਲੀਵਿਜ਼ਨ ਦੇ ਜਿੰਨੇ ਵੀ ਯੂਕੇ ਅਤੇ ਯੂਰਪ 'ਚ ਲਾਈਵ 'ਤੇ ਦੇਖੀ ਜਾਣੀ ਹੈ ਅਤੇ ਦੁਨੀਆ ਭਰ 'ਚ www.sangattelevision.org 'ਤੇ ਦੇਖਿਆ ਜਾਣਾ ਆਪ ਜੀ ਕੋਈ ਐਸੀ ਚੀਜ਼ ਜਿਹੜੀ ਮੈਂ ਨਾ ਪੁੱਛ ਸਕਿਆ ਹੋਵਾਂ ਆਪ ਜੀ ਤੋਂ ਆਪ ਜੀ ਦੱਸਣਾ ਚਾਹੁੰਦੇ ਹੋ ਸੰਗਤਾਂ ਨੂੰ ਉਹ ਤੁਸੀਂ ਦੱਸ ਸਕਦੇ ਹੋ ਦੇਖੋ ਆਪਾਂ ਬੈਠ ਕੇ ਪੰਜਾਬ ਦਾ ਬੜਾ ਫਿਕਰ ਕਰਦੇ ਹਾਂ ਇੱਥੇ ਬੈਠ ਕੇ ਜੀ ਬੜੀਆਂ ਗੱਲਾਂ ਕਰਦੇ ਹਾਂ ਔਰ ਇਹ ਹੁਣ ਮੌਕਾ ਹੈ ਐਸਾ ਆ ਗਿਆ ਕਿ ਹੁਣ ਉੱਥੇ ਬਦਲਾਅ ਲਾਉਣ ਦਾ ਬਦਲਾਅ ਦੇ ਚਾਂਸ ਪੂਰੇ ਨੇ ਜੀ ਔਰ ਇਹ ਜਿਹੜੀਆਂ ਇਹ ਦੋਨੇ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਦਾ ਸੱਤਿਆਨਾਸ਼ ਕੀਤਾ ਜੀ ਇਹਨਾਂ ਨੂੰ ਬਦਲ ਕੇ ਇੱਕ ਤਰ੍ਹਾਂ ਦਾ ਪੂਰਾ ਉੱਥੇ ਇੱਕ ਬਦਲਾਅ ਲਿਆਉਣ ਦਾ ਚਾਂਸ ਆ ਜੀ ਇਹ ਮੌਕਾ ਹੱਥੋਂ ਨਾ ਗਵਾਈਏ ਜੀ ਔਰ ਇਹ ਨਾ ਸੋਚੀਏ ਕਿ 1.5 ਸਾਲ ਪਿਆ ਜੇ 2017 ਦੇ ਵਿੱਚ ਬੜਾ ਲੰਬਾ ਟਾਈਮ ਆ ਜੀ ਇਹ ਕੋਈ ਇਹ ਮਤਲਬ ਕਿ 1.5 ਸਾਲ ਲੰਘਦੇ ਤਾਂ ਕੋਈ ਪਤਾ ਨਹੀਂ ਚੱਲਦਾ ਪੂਰੇ ਜ਼ੋਰਾਂ ਸ਼ੋਰਾਂ 'ਤੇ ਹੁਣੇ ਆਪਾਂ ਪੂਰਾ ਲੱਗ ਜਾਈਏ ਔਰ ਉੱਥੇ ਬੈਠ ਕੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਨੂੰ ਹੁਣੇ ਤੋਂ ਇਹ ਗੱਲਾਂ ਸਮਝਾਓ ਕਿ ਮੌਕਾ ਇਹ ਹੱਥੋਂ ਨਾ ਗਵਾਇਓ ਆਪਣੇ ਜੇ ਮੌਕਾ ਹੱਥੋਂ ਗਵਾ ਲਿਆ ਇਕੱਲਾ ਤੁਹਾਡਾ ਹੀ ਜ਼ਿੰਦਗੀ ਨਹੀਂ ਬਲਕਿ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦਾ ਵੀ ਪਤਾ ਨਹੀਂ ਕੀ ਅਗਲੇ 5 ਸਾਲ ਹੋਰ ਗਏ 5 ਸਾਲ ਨਹੀਂ ਅਗਲੇ 50 ਸਾਲ ਗਏ ਜੇ ਇਹ ਲਾ ਲਓ ਹਾਂ ਕਿਉਂਕਿ ਫਿਰ ਇਹ ਲੋਕ ਹੋਰ ਤਾਕਤਵਰ ਹੋ ਗਏ ਹਾਂਜੀ ਅਗਲੇ ਹੋਰ ਤਾਕਤਵਰ ਹੋਏ ਤਾਂ ਇਹਨਾਂ ਨੇ ਫਿਰ ਨਹੀਂ ਇਹ ਪਤਾ ਨਹੀਂ ਕਿੰਨੀ ਕੁ ਤੰਦਰੇਬਾਜ਼ੀ ਕਰਨੀ ਆ ਔਰ ਕੀ ਕਰਨਾ ਉੱਥੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਫੁਲਕਾ ਸਾਹਿਬ ਉਹਨਾਂ ਨੇ ਟਾਈਮ ਕੱਢਿਆ ਸਟੂਡੀਓ 'ਚ ਆਏ ਗੱਲਾਂ ਬਾਤਾਂ ਕੀਤੀਆਂ ਦੇਖੋ ਸਤਸੰਗ ਜੀ ਘਰਾਂ 'ਚ ਬੈਠੇ ਆਪਾਂ ਦੇਸ਼ਾਂ ਵਿਦੇਸ਼ਾਂ ਵਿੱਚ ਉਸ ਪੰਜਾਬ ਲਈ ਖਾਸ ਕਰਕੇ ਹਮੇਸ਼ਾ ਸਿੱਖੀ ਹਿੱਤਾਂ ਲਈ ਬਹੁਤ ਹੀ ਚਿੰਤਤ ਹਾਂ ਜੋ ਸਾਡੇ ਰਾਜਸੀ ਸਿੱਖ ਕੈਦੀ ਨੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਭਾਈ ਜਗਤਾਰ ਸਿੰਘ ਅਵਾਰਾ ਉਹਨਾਂ ਦੇ ਸਾਥੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਭਾਈ ਬਲਵੰਤ ਸਿੰਘ ਰਾਜੋਆਣਾ ਹੋਰ ਅਨੇਕਾਂ ਜਿਨ੍ਹਾਂ ਦੇ ਨਾਂ ਵੀ ਨਹੀਂ ਪਤਾ ਜਿਹੜੇ ਸਾਡੇ ਵੀਰ ਉਹ ਜੇਲ੍ਹਾਂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਉਹ ਉਹਨਾਂ ਜੇਲ੍ਹ ਕਾਲੀਆਂ ਕੋਠੜੀਆਂ ਦੇ ਵਿੱਚ ਡੱਕੇ ਹੋਏ ਨੇ ਪਰ ਸਵਾਲ ਇਹ ਆ ਅਸੀਂ ਹੁਣ 2017 ਜੋ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਉਹਨਾਂ ਵਿੱਚ ਵੱਧ ਤੋਂ ਵੱਧ ਅਸੀਂ ਉਸ ਪਾਰਟੀ ਨੂੰ ਚੁਣੀਏ
ਜਾਂ ਅਸੀਂ ਇਸ ਪਾਰਟੀ ਦੇ ਨਾਲ ਆਪ ਰਲ ਮਿਲ ਕੇ ਕੰਮ ਕਰੀਏ ਕਿ ਅਸੀਂ ਆਪਣੇ ਸਿੱਖੀ ਜਿਹੜੇ ਹਿੱਤ ਜਿਹੜਾ ਸਾਡਾ ਜੋ ਮਨੁੱਖੀ ਅਧਿਕਾਰ ਬਣਦਾ ਆਪਣੇ ਘਰ ਦੀ ਗੱਲ ਕਰਦੇ ਹਾਂ ਆਪਣੇ ਇੰਡੀਪੈਂਡੈਂਟ ਜੋ ਕਿ ਸਾਡੀ ਆਜ਼ਾਦੀ ਦਾ ਹੱਕ ਆ ਜਿਹੜੀ ਪਾਰਟੀ ਖਾਸ ਕਰਕੇ ਨਵੀਂ ਪਾਰਟੀ ਦੂਜੀਆਂ ਤਾਂ ਅਸੀਂ ਦੇਖ ਲਈਆਂ ਅਕਾਲੀ ਵੀ ਲੰਮੇ ਸਮੇਂ ਤੋਂ ਕਾਂਗਰਸ ਵੀ ਬੀਜੇਪੀ ਦਾ ਵੀ ਸਾਰਿਆਂ ਨੂੰ ਹਾਲ ਚਾਲ ਪਤਾ ਪਰ ਇੱਕ ਨਵੀਂ ਜਿਹੜੀ ਪਾਰਟੀ ਹੈਗੀ ਆਮ ਆਦਮੀ ਪਾਰਟੀ ਆ ਜਿਨ੍ਹਾਂ ਦੇ ਫੂਲਕਾ ਸਾਹਿਬ ਵੀ ਉਹਨਾਂ ਦੇ ਨਾਲ ਨੇ ਇਹ ਇੱਕ ਸਿੱਖਾਂ ਨੂੰ ਵੀ ਰੈਪ੍ਰਜੈਂਟ ਕਰਦੇ ਨੇ ਇੰਡੀਆ ਦੇ ਵਿੱਚ ਕਿ ਸਮੁੱਚੇ ਵਰਲਡ ਦੇ ਵਿੱਚ ਜੇ ਚੁਰਾਸੀ ਦੀ ਗੱਲ ਕਰਦੇ ਤਾਂ ਸਮੁੱਚੇ ਵਰਲਡ ਦੇ ਵਿੱਚ ਰੈਪ੍ਰਜੈਂਟ ਕਰਦੇ ਨੇ ਸਾਨੂੰ ਜੋ ਜੋ ਇਹਨਾਂ ਨੇ ਵਿਚਾਰ ਕੀਤੇ ਕਿਹੋ ਜਿਹੇ ਆਪ ਜੀ ਨੂੰ ਲੱਗੇ ਸੰਗਤ ਟੈਲੀਵਿਜ਼ਨ ਦੀ ਸਾਨੂੰ ਇੰਤਜ਼ਾਰ ਰਹੇਗਾ ਉਹਨਾਂ 'ਤੇ ਵੀ ਦੱਸਣਾ ਜੋ ਸਾਡੇ ਕੋਲ ਉਮਤਾਈਆਂ ਰਹਿ ਗਈਆਂ ਹੋਣਗੀਆਂ ਉਹਨਾਂ 'ਤੇ ਵੀ ਕਾਲ ਕਰਕੇ ਜ਼ਰੂਰ ਦੱਸਣਾ ਕਿਉਂਕਿ ਪ੍ਰੋਗਰਾਮ ਜਿਹੜਾ ਇਹ ਕਰਦੇ ਹਾਂ ਇਹ ਆਪ ਜੀ ਦਾ ਪ੍ਰੋਗਰਾਮ ਹੈ ਸਿੱਖੀ ਹਿੱਤਾਂ ਦੀ ਗੱਲ ਕਰਦੇ ਹਾਂ ਖਾਸ ਕਰਕੇ ਜੇ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਸਾਡੀਆਂ ਅੱਗੇ ਹੋਣਗੀਆਂ ਤਾਂ ਹੋ ਸਕਦਾ ਕਿਸੇ ਨਾ ਕਿਸੇ ਪਾਸੇ ਜੋ ਸਿੱਖ ਆਪਣੇ ਕਲਚਰ ਜਾਂ ਸਿੱਖ ਸਾਡੇ ਹਿੱਤਾਂ ਨੂੰ ਅੰਡਰਸਟੈਂਡ ਕਰਕੇ ਅੱਗੇ ਜਿਹੜੀ ਆ ਉਹ ਸਾਨੂੰ ਜੋ 31 ਸਾਲ ਤੋਂ ਨਹੀਂ ਮਿਲਿਆ ਇਨਸਾਫ ਉਹਦੀ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਜਾਂ ਸਾਨੂੰ ਇਨਸਾਫ ਮਿਲੇਗਾ ਸਾਲ ਆਪਣੇ ਕੋਲ ਇੱਕ ਹੈਗਾ ਮੈਂ ਤਾਂ ਕਹਿੰਦਾ ਤਕਰੀਬਨ ਤਿਆਰੀ ਸਾਨੂੰ ਹੁਣ ਤੋਂ ਹੀ ਸ਼ੁਰੂ ਕਰ ਲੈਣੀ ਚਾਹੀਦੀ ਆ 2017 ਦੇ ਵਿੱਚ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਪ੍ਰੋਗਰਾਮ ਕਰਦਿਆਂ ਕੋਲ ਸਾਡੇ ਕੋਲੋਂ ਕੋਈ ਸ਼ਬਦ ਇੱਦਾਂ ਦਾ ਅਸੀਂ ਕਹਿ ਗਏ ਹੋਈਏ ਉਹ ਮੈਂ ਮਾਫ਼ੀ ਮੰਗਦਾ ਕਿਉਂਕਿ ਮੀਡੀਆ ਦਾ ਕੰਮ ਹੈਗਾ ਇੰਡੀਪੈਂਡੈਂਟ ਮੀਡੀਆ ਸੰਗਤ ਟੈਲੀਵਿਜ਼ਨ ਉਹ ਮੀਡੀਆ ਹੱਕ 'ਤੇ ਸੱਚ ਦੀ ਗੱਲ ਕਰਦਾ ਅਤੇ ਵਿਚਾਰ ਜਿਹੜੇ ਅਸੀਂ ਕੀਤੇ ਸਾਡੇ ਨੇ ਕਿਸੇ ਦੇ ਅਗੇਂਸਟ ਨਹੀਂ ਵਿਚਾਰ ਕਰੀਦੇ ਆਪੋ ਆਪਣਾ ਜੋ ਵਿਚਾਰ ਆ ਉਹ ਦੱਸਿਆ ਜਾਂਦਾ ਸੋ ਅਖੀਰ ਵਿੱਚ ਕਿਸ ਤਰ੍ਹਾਂ ਦਾ ਪ੍ਰੋਗਰਾਮ ਲੱਗਿਆ ਦੂਜਾ ਜਿਹੜਾ ਐਪੀਸੋਡ ਆ ਉਹ ਲੈ ਕੇ ਫਿਰ ਅਸੀਂ ਹਾਜ਼ਰ ਹੋਵਾਂਗੇ ਤਦ ਤੱਕ ਸਾਨੂੰ ਦਿਓ ਇਜਾਜ਼ਤ ਅਖੀਰ ਵਿੱਚ ਫਤਿਹ ਦਾ ਜਵਾਬ ਫਤਿਹ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।